ਜੋ ਯਿਸੂ ਮਸੀਹ ਕਹੇ ਸੋ ਕਰੋ, ਜੋ ਯਿਸੂ ਮਸੀਹ ਕਹੇ ਸੋ ਕਰੋ, ਜੋ ਯਿਸੂ ਮਸੀਹ ਕਹੇ ਸੋ ਕਰੋ। ਹੁਣ ਅਸੀਂ ਅੱਜ ਪੜ੍ਹਾਂਗੇ ਯੂਹੰਨਾ ਦੀ ਅੰਜੀਲ, ਉਹਦਾ ਬਾਬ ਦੂਸਰਾ, ਉਹਦੀ ਪਹਿਲੀ ਆਇਤ ਤੋਂ ਚੰਦ ਆਇਤਾਂ ਪੜ੍ਹਾਂਗੇ। ਗਲੀਲ ਇਲਾਕਾ ਆ, ਬੋਲੋ, ਗਲੀਲ ਇਲਾਕਾ ਆ। ਉਸ ਇਲਾਕੇ ਵਿੱਚ ਇੱਕ ਪਿੰਡ ਜਿਹਦਾ ਨਾਮ ਕਾਨਾ ਆ, ਅਤੇ ਕਾਨਾ ਗਲੀਲ ਦੇ ਵਿੱਚ ਆ, ਅਤੇ ਉਹ ਜਿਹੜਾ ਪਿੰਡ ਆ ਉੱਥੇ ਇੱਕ ਸ਼ਾਦੀ ਹੈ। ਇਸ ਨੂੰ ਧਿਆਨ ਨਾਲ ਸੁਣੋ, ਪੜ੍ਹੋ। ਬਸ ਬਸ, ਹੁਣ ਅਸੀਂ ਉਰਦੂ ਵਿੱਚ ਪੜ੍ਹਾਂਗੇ। ਥੋੜ੍ਹਾ ਤਾਕਤ ਨਾਲ ਪੜ੍ਹਨਾ। ਤੀਸਰੇ ਦਿਨ ਕਾਨਾ ਏ ਗਲੀਲ ਮੇ ਏਕ ਸ਼ਾਦੀ ਹੋਈ, ਔਰ ਯਿਸੂ ਕੀ ਮਾਂ ਵਹਾਂ ਥੀ, ਔਰ ਯਿਸੂ ਔਰ ਉਸਕੇ ਸ਼ਾਗਿਰਦ ਵੀ ਸ਼ਾਦੀ ਮੇ ਬੁਲਾਏ ਗਏ। ਜਦ ਮੈਂ ਹੋ ਚੁੱਕੀ ਯਾਨੀ ਖਤਮ ਹੋ ਗਈ, ਅਤੇ ਫਿਰ ਯਿਸੂ ਮਸੀਹ ਦੀ ਮਾਂ ਨੇ ਯਾਨੀ ਮਰੀਮ ਨੇ ਕਿਹਾ ਕਿ ਇਹਨਾਂ ਕੋਲ ਦਾਖ ਰਸ ਹੈ ਨਹੀਂ। ਹਾਂ, ਅੱਗੇ ਤੁਸੀਂ ਪੜ੍ਹਿਆ ਹੈ ਬੀਬੀ, ਹੁਣ ਪੜ੍ਹਿਆ ਆਏ ਔਰਤ, ਅਤੇ ਇੰਗਲਿਸ਼ ਵਿੱਚ ਪੜ੍ਹੋਗੇ ਵੋ ਮੈਨ। ਹੁਣ ਬੋਲੋ, ਉਹਨਾਂ ਨੂੰ ਅਦਬ ਨਾਲ ਬੁਲਾਉਣਾ ਚਾਹੀਦਾ ਹੈ। ਉਹਦਾ ਨਾਮ ਆ ਖਾਤੂਨ, ਇਹ ਅਦਬ ਵਾਲਾ ਨਾਂ, ਅਤੇ ਮਰੀਮ ਦੇ ਲਈ ਵੀ ਅਦਬ ਵਾਲਾ ਨਾਮ ਹੋਣਾ ਚਾਹੀਦਾ, ਅਤੇ ਜੇ ਨਾਮ ਅਦਬ ਵਾਲਾ ਨਹੀਂ ਤਾਂ ਫਿਰ ਠੀਕ ਨਹੀਂ।
ਤੇ ਇਹਦਾ ਅਸਲੀ ਨਾਮ ਹੈਗਾ ਜਿਹੜਾ ਗ੍ਰੀਕ ਭਾਸ਼ਾ ਤੋਂ ਲਿਆ ਗਿਆ ਨਾਮ ਉਹ ਹੈ ਖਾਤੂਨ। ਬੋਲੋ ਆਏ ਖਾਤੂਨ, ਯਾਨੀ ਸ਼ਹਿਜ਼ਾਦੀ ਇਹ ਨਾਮ ਆ। ਆਏ ਖਾਤੂਨ ਅਦਬ ਵਾਲਾ ਨਾਮ ਹੈ। ਬੋਲੋ ਜੈਸਾ ਰੱਬ ਸੋਹਣਾ ਆ ਉਹਦੇ ਸੋਹਣੇ ਸੋਹਣੇ ਨਾਮ ਲਿਆ ਕਰੋ, ਅਤੇ ਐਵੇਂ ਨਾ ਕਹਿ ਦਿਆ ਕਰੋ ਕਿ ਜਿਹੜੇ ਜਿਨ੍ਹਾਂ ਦੇ ਵਿੱਚ ਰਿਸਪੈਕਟ ਨਾ ਹੋਵੇ, ਜਿਨ੍ਹਾਂ ਦੇ ਵਿੱਚ ਓਨਰ ਨਾ ਹੋਵੇ, ਇੱਜ਼ਤ ਨਾ ਹੋਵੇ, ਉਹ ਸ਼ਬਦ ਕਦੀ ਨਹੀਂ ਬੋਲਣੇ ਚਾਹੀਦੇ। ਜਿਹੜਾ ਬੱਚਾ ਪਿਆਰਾ ਲੱਗਦਾ ਨਾ, ਤੁਸੀਂ ਉਹਦੇ ਕਿੰਨੇ ਨਾਮ ਰੱਖੇ ਹੁੰਦੇ ਨੇ ਜਿਹੜਾ ਜਿਹੜਾ ਤੁਹਾਨੂੰ ਸੋਹਣਾ ਲੱਗਦਾ, ਅਤੇ ਜੇ ਰੱਬ ਸੋਹਣਾ ਹੈ ਨਾ ਤਾਂ ਉਹਦੇ ਨਾਮ ਵੀ ਚੱਜ ਲੈਣੇ ਲੈਣੇ ਚਾਹੀਦੇ ਨੇ, ਸਵਾਲ ਕੇ ਲੈਣੇ ਚਾਹੀਦੇ ਨੇ, ਸੋਹਣੇ ਸੋਹਣੇ ਨਾਵਾਂ ਵਿੱਚ ਉਹਨੂੰ ਪੁਕਾਰਨਾ ਚਾਹੀਦਾ। ਪੜ੍ਹੀ ਅੱਗੇ, ਅਭੀ ਮੇਰਾ ਵਕਤ ਨਹੀਂ ਆਇਆ। ਬਸ ਮੈਂ ਬਾਕੀ ਦੱਸ ਦਿੰਦਾ। ਬੋਲੋ ਜੋ ਯਸੂ ਕਹੇ ਸੋ ਕਰੋ। ਇਹ ਐਤ ਇੰਗਲਿਸ਼ ਵਿੱਚ ਵੀ ਪੜ੍ਹੋ, ਇਸੀ ਐਤ ਇਹੀ ਫਿਰ ਪੜ੍ਹੋ। His mother said unto the servants, whatsoever, ਫਿਰ ਪੜ੍ਹੋ। His mother said unto the servants, whatsoever, said ya, ਸੱਤ ਨਹੀਂ ਹੁੰਦਾ, ਨਾ ਸੱਡ ਹੁੰਦਾ ਨਾ ਸੱਤ ਹੁੰਦਾ। ਇਹ ਜਿੰਨਾ ਮਰਜ਼ੀ ਵੀ ਬੰਦਾ ਪੜ੍ਹਿਆ ਲਿਖਿਆ ਹੋਵੇ, ਅਗਰ ਬਾਈਬਲ ਪੜ੍ਹਨੀ ਹੈ ਤਾਂ ਫਿਰ ਸੰਗਤ ਵਿੱਚੋਂ ਸਿੱਖੀ ਜਾਂਦੀ ਹੈ। ਸਿਹਤ ਸਿਹਤ ਹਾਂ ਹੀ ਸੇਤ ਅੰਟੂ ਯੂ ਡੂ ਇਟ, ਜੋ ਤੁਹਾਨੂੰ ਇਹ ਕਵੇ ਸੋ ਕਰੋ। ਜੋ ਤੁਹਾਨੂੰ ਇਹ ਕਵੇ ਬਸ ਸੋ ਕਰੋ। ਹੁਣ ਇਹ ਲਫਜ਼ ਬੋਲੋ ਏਲੀਆ ਦੇ ਜ਼ਮਾਨੇ ਵਿੱਚ, ਏਲੀਆ ਦੇ ਜ਼ਮਾਨੇ ਵਿੱਚ ਅਜੀਜ਼ਾਂ ਦੇ ਵਾਸਤੇ ਵੀ ਤਾਰੀਫ ਕਰੋ, ਖੁਦਾ ਉਹਨਾਂ ਨੂੰ ਲੈ ਕੇ ਆਇਆ ਅੱਜ। ਹਾਲੇਲੂਇਆ। ਹੁਣ ਐਤਾਂ ਘਰ ਜਾ ਕੇ ਪੜ੍ਹ ਲਿਓ, ਜੋ ਜੋ ਮੈਂ ਬੋਲੀ ਜਾਊਂਗਾ ਤੁਸੀਂ ਧਿਆਨ ਦੇ ਨਾਲ ਸੁਣੀ। ਇੱਕ ਲਫ਼ਜ਼ ਵੀ ਛੱਡ ਦਿਓਗੇ ਨਾ ਤਾਂ ਉਹ ਫਿਰ ਜਿਸ ਤਰ੍ਹਾਂ ਸੰਗਲੀ ਲੱਗੀ ਹੁੰਦੀ ਹੈ ਬੜੀ ਦੂਰ ਤੱਕ, ਅਤੇ ਇੱਕ ਵਿੱਚੋਂ ਟੁਕੜਾ ਕੱਢ ਲਈਏ ਤਾਂ ਦੋ ਟੁਕੜੇ ਹੋ ਜਾਂਦੀ ਹੈ। ਅਤੇ ਜਦੋਂ ਤੁਸੀਂ ਸੁਣਦੇ ਹੋ ਨਾ ਤਾਂ ਐਤਾਂ ਮੈਂ ਘੱਟ ਪੜੂੰਗਾ,
ਅਤੇ ਤੁਸੀਂ ਵੀ ਘੱਟ ਪੜ੍ਹਿਓ, ਜਿਹੜੀਆਂ ਪੜ੍ਹੀਆਂ ਨੇ ਉਹਨਾਂ ਨੂੰ ਯਾਦ ਰੱਖਣਾ ਕਿ ਜੋ ਯਸੂ ਕਹੇ ਸੋ ਕਰੋ। ਬੋਲੋ, ਬਸ ਇਹ ਨਿੱਕਾ ਜਿਹਾ ਵਚਨ ਹੈ ਅਤੇ ਅਗਲੇ ਐਤਵਾਰ ਤੱਕ ਚੇਤਾ ਰੱਖਣਾ ਹੈ, ਠੀਕ? ਹਾਂ, ਬੋਲੋ, ਜੋ ਯਸੂ ਕਵੇ। ਅੱਛਾ, 15 ਤਰੀਕ ਨੂੰ ਹੈ ਇੱਕ ਦਿਨ ਦੀ ਕਨਵੈਨਸ਼ਨ, ਅਤੇ ਕਨਵੈਨਸ਼ਨ ਦਾ ਟਾਈਮ ਹੈਗਾ 10 ਵਜੇ ਦਿਨੇ ਸ਼ੁਰੂ। ਕਿੰਨੇ ਵਜੇ? ਅਤੇ ਖੁਦਾ ਦੀ ਮਿਹਰਬਾਨੀ ਦੇ ਨਾਲ ਸ਼ਾਇਦ 2:30 ਨਹੀਂ ਤਾਂ ਵੱਧ ਤੋਂ ਵੱਧ 3 ਵਜੇ ਸਮਾਪਤ ਹੋਏਗੀ, ਬਪਤਿਸਮੇ ਵੀ ਹੋਣਗੇ। ਏਲੀਆ ਦੇ ਜ਼ਮਾਨੇ ਤੋਂ ਪਹਿਲਾਂ ਇੱਕ ਹੋਰ ਜ਼ਮਾਨਾ ਆਇਆ ਸੀ, ਉਹ ਸੀ ਮਿਸਰ ਉੱਤੇ ਜ਼ਮਾਨਾ ਆਇਆ 7 ਸਾਲ ਦੇ ਕਾਲ ਦਾ। ਕਿੰਨੇ ਚਿਰ ਦਾ? ਹਾਂ, ਬੋਲਣ ਲੱਗਿਆ ਢਿੱਲੇ ਨਹੀਂ ਹੋਣਾ, ਜ਼ੋਰ ਨਾ ਬੋਲਣਾ। 7 ਸਾਲ ਦਾ ਕਾਲ ਪਿਆ ਸੀ, ਰੋਟੀ ਨਹੀਂ ਉੱਥੇ ਤਿਆਰ ਹੋਵੇਗੀ 7 ਸਾਲ ਤੱਕ, ਅਨਾਜ ਨਹੀਂ ਉੱਗੇਗਾ 7 ਸਾਲ ਤੱਕ, ਕੋਈ ਫਸਲ ਨਹੀਂ ਪੈਦਾ ਹੋਵੇਗੀ 7 ਸਾਲ ਤੱਕ, ਜੰਗਲਾਂ ਦਾ ਵੀ ਚਾਰਾ ਨਹੀਂ ਮਿਲੇਗਾ। 7 ਸਾਲ ਤੱਕ ਅਤੇ ਭੁੱਖ ਵਧੇਗੀ, ਭੁੱਖ ਵੀ ਵਧੇਗੀ। ਕਾਲ ਪਿਆ ਹੁੰਦਾ ਅਤੇ ਉਦੋਂ ਭੁੱਖ ਵੀ ਵੱਧਦੀ ਹੈ, ਸੁਣ ਲਿਆ ਕਿ ਨਹੀਂ? ਕਿਉਂਕਿ ਫਿਰਾਉਨ ਨੇ ਕਿਹਾ ਸੀ, ਬੁਲਾਇਆ ਸੀ ਯੂਸਫ ਨੂੰ, ਅਤੇ ਯੂਸਫ ਨੂੰ ਕਿਹਾ ਕਿ ਮੈਂ ਭੋਜਨ ਕੀਤਾ ਵਾ ਪਰ ਮੈਂ ਤ੍ਰਿਸ਼ਨਾ ਨਹੀਂ ਪੂਰੀ ਹੋਈ, ਮੈਨੂੰ ਭੁੱਖ ਅਜੇ ਵੀ ਲੱਗੀ ਹੈ। ਅਤੇ ਯੂਸਫ ਜਾਣਦਾ ਸੀ ਕਾਲ ਵਿੱਚ ਭੋਜਨ ਨਹੀਂ ਮਿਲਣਾ ਅਤੇ ਕਾਲ ਵਿੱਚ ਭੁੱਖ ਵਧੇਗੀ, ਅਤੇ ਉਸ ਵਕਤ ਫਿਰ ਯੂਸਫ ਨੇ ਉਹਨਾਂ ਦੇ ਪੇਟ ਉੱਤੇ ਹੱਥ ਰੱਖਿਆ ਸੀ ਅਤੇ ਫਿਰ ਉਹਨਾਂ ਨੂੰ ਉਸ ਭੁੱਖ ਨੇ ਸਤਾਇਆ ਨਹੀਂ। ਭੁੱਖ ਲੱਗੀ ਲੋਕਡਾਊਨ ਵਿੱਚ, ਬਹੁਤ ਲੋਕਾਂ ਨੇ ਕਿਹਾ ਕਿ ਆਟਾ ਵੰਡੋ ਤੁਸੀਂ ਵੀ, ਇੰਨਾ ਚੰਦਾ ਲੈਂਦੇ ਹੋ ਅਤੇ ਆਟਾ ਵੀ ਵੰਡਿਆ ਕਰੋ। ਮੈਂ ਕਿਹਾ ਸਾਨੂੰ ਆਟਾ ਵੰਡਣ ਦੀ ਸੇਵਾ ਰੱਬ ਨੇ ਨਹੀਂ ਦਿੱਤੀ, ਸਾਨੂੰ ਦਿੱਤੀ ਹੈ ਵੀ ਜਿਨ੍ਹਾਂ ਦੇ ਘਰ ਜਾਓ ਉਹਨਾਂ ਦੇ ਘਰ ਦੁਆ ਕਰੋ, ਉਹਨਾਂ ਦੇ ਮਟਕਿਆਂ ਵਿੱਚ ਹੀ ਚੱਕੀ ਪੀਣ ਵਾਲੇ ਆਟੇ ਨੂੰ, ਚੱਕੀ ਪੀਣ ਵਾਲਾ ਚੱਕੀ ਵਿੱਚ ਪਿਸਿਆ ਹੋਇਆ ਆਟਾ, ਅਤੇ ਇਹੋ ਜਿਹੀਆਂ ਮਸ਼ੀਨਾਂ ਲਾ ਦਿਓ। ਮੈਂ ਕਿਹਾ ਮਸ਼ੀਨਾਂ ਲਾ ਸਕਦੇ ਹਾਂ, ਆਟਾ ਨਹੀਂ ਵੰਡ ਸਕਦੇ। ਨਹੀਂ ਸੁਣਿਆ? ਸੁਣ ਲਿਆ। ਹੁਣ ਤੁਸੀਂ ਦੇਖਣਾ ਏਲੀਆ ਦੇ ਜ਼ਮਾਨੇ ਵਿੱਚ ਬਾਰਿਸ਼ ਨਹੀਂ ਹੋ ਰਹੀ। ਇੱਕ ਮਹੀਨਾ ਇੰਤਜ਼ਾਰ ਕੀਤੀ, 6 ਮਹੀਨੇ ਇੰਤਜ਼ਾਰ ਕੀਤੀ, 1 ਸਾਲ ਇੰਤਜ਼ਾਰ ਕੀਤੀ, ਫਿਰ 2 ਸਾਲ ਇੰਤਜ਼ਾਰ ਕੀਤੀ, ਫਿਰ 3 ਸਾਲ ਇੰਤਜ਼ਾਰ ਕੀਤੀ,
ਤੇ ਲੋਕ ਫਿਰ ਖੁਦਾ ਦੇ ਕੋਲ ਆ ਕੇ ਕਹਿੰਦੇ ਆਏ ਖੁਦਾ ਬਾਰਿਸ਼ ਨਹੀਂ ਹੋ ਰਹੀ, ਅਸੀਂ ਭੁੱਖ ਨਾਲ ਅਤੇ ਸਾਡੇ ਜਾਨਵਰ ਵੀ ਜਿਹੜੇ ਨੇ ਮਵੈਸ਼ੀ ਉਹ ਵੀ ਭੁੱਖ ਨਾਲ ਮਰ ਜਾਣਗੇ। ਆਏ ਖੁਦਾ, ਬੋਲੋ ਖੁਦਾ ਨੇ ਕਿਹਾ ਯੂਸਫ ਕੋਲ ਜਾਓ, ਫਿਰਾਉਨ ਨੇ ਕਿਹਾ ਯੂਸਫ ਕੋਲ ਜਾਓ, ਕਿਹਦੇ ਕੋਲ ਬੋਲੋ, ਫਿਰ ਬੋਲੋ ਯੂਸਫ ਕੋਲ ਜਾਓ, ਕਿਉਂਕਿ ਰੋਟੀ ਉਹਦੇ ਹੱਥ ਵਿੱਚ ਹੈ। ਕਿੱਥੇ? ਰੋਟੀ ਉਹਦੇ ਹੱਥ ਵਿੱਚ ਹੈ। ਫਿਰਾਉਨ ਕਹਿੰਦਾ ਤੇ ਲੋਕ ਆਉਂਦੇ ਨੇ ਯੂਸਫ ਕੋਲ, ਜਿਹੜੇ ਧਿਆਨ ਨਾਲ ਸੁਣੋਗੇ ਤੇ ਜਿਹੜੇ ਜਾਨਵਰ ਸੀ ਉਹਨਾਂ ਦਾ ਭੋਜਨ ਵੀ 7 ਸਾਲ ਤੱਕ, ਜਾਨਵਰ ਵੀ ਭੁੱਖ ਨਾ ਮਰੇ, ਇਹ ਯੂਸਫ ਨੇ ਇੰਤਜ਼ਾਮ ਕਰਕੇ ਰੱਖਿਆ ਸੀ। ਕਿਉਂਕਿ ਜਦੋਂ ਯਾਕੂਬ ਦੇ ਬੇਟੇ ਗਏ ਸਨ ਮਿਸਰ ਵਿੱਚ ਤੇ ਉਹਨਾਂ ਨੂੰ ਉਹ ਵੀ ਭੋਜਨ ਅਨਾਜ ਵੀ ਮਿਲਦਾ ਸੀ ਤੇ ਜਾਨਵਰਾਂ ਦੇ ਵਾਸਤੇ ਘਾਹ ਵੀ ਮਿਲਦਾ ਸੀ, ਸਟੋਰ ਕਰਕੇ ਰੱਖਿਆ ਹੋਇਆ ਸੀ 7 ਸਾਲਾਂ ਦਾ। ਹੁਣ ਰੋਟੀ ਕਿਹਦੇ ਵਸੀਲੇ ਮਿਲੇਗੀ? ਯੂਸਫ ਦੇ ਵਸੀਲੇ ਰੋਟੀ ਮਿਲੇਗੀ। ਤੇ ਫਿਰ ਯੂਸਫ ਕੋਲ ਲੋਕ ਆਉਂਦੇ ਨੇ, ਸਿਰਫ ਰੋਟੀ ਵਾਸਤੇ ਹੀ ਨਹੀਂ, ਉਹਨੂੰ ਵੇਖਣ ਵਾਸਤੇ ਵੀ ਆਉਂਦੇ ਸੀ ਵੀ ਖੁਦਾ ਦਾ ਕਿਹੜਾ ਬੰਦਾ ਜਿਹੜਾ 7 ਸਾਲ ਦੇ ਕਾਲ ਅਤੇ ਸਾਰੀ ਪ੍ਰਜਾ ਦੇ ਲਈ, ਸਾਰੇ ਮਵੈਸ਼ੀਆਂ ਦੇ ਲਈ ਮੁਕਾਬਲਾ ਕਰਨ ਵਾਸਤੇ ਕੌਣ ਆਦਮੀ ਆ ਜਿਹਦਾ ਨਾਮ ਯੂਸਫ ਹੈ? ਹਰ ਆਦਮੀ ਕਹਿੰਦੇ ਸੀ ਵਾਕਿਆ ਇਹ ਖੁਦਾ ਦਾ ਬੰਦਾ ਹੈ, ਹਰ ਆਦਮੀ ਮੰਨਦੇ ਸੀ ਕਿ ਖੁਦਾ ਕੋਈ ਖੁਦਾ ਹੈ। ਇਸ ਵਾਸਤੇ ਤੁਸੀਂ ਇਸ ਲਈ ਬਣਾਏ ਗਏ ਹੋ, ਤੁਸੀਂ ਇਸ ਲਈ ਪੈਦਾ ਕੀਤੇ ਗਏ ਹੋ, ਤੁਹਾਨੂੰ ਵੇਖਣ ਵਾਲੇ ਲੋਕ ਖੁਦਾ ਦੀ ਗਵਾਹੀ ਦੇ ਸਕਣ ਯਾਰ ਵਾਕਿਆ ਹੀ ਖੁਦਾ ਹੈਗਾ। ਕਿਹਨਾਂ ਦਾ? ਯਾਰ ਇਹਨਾਂ ਦਾ ਖੁਦਾ ਹੈਗਾ। ਵਾਕਿਆ ਲੋਕਡਾਊਨ ਦੇ ਵਿੱਚ ਲੋਕ ਭੁੱਖੇ ਮਰਦੇ ਸਨ ਅਤੇ ਇਹ ਲੋਕ ਸਨ ਲੋਕਡਾਊਨ ਵਿੱਚ ਵੀ ਰੱਜ ਕੇ ਖਾਂਦੇ ਸਨ। ਫਿਰ ਜ਼ਮਾਨਾ ਏਲੀਆ ਦਾ ਆਇਆ। ਬੋਲੋ, ਏਲੀਆ ਦੇ ਜ਼ਮਾਨੇ ਵਿੱਚ ਜਿਹੜੇ ਵੀ ਜਾਜਕ ਸਨ, ਖੁਦਾ ਦੇ ਖਾਦਮ ਸਨ, ਜਿਹੜੇ ਵੀ ਜਾਜਕ ਸਨ ਖੁਦਾ ਦੇ ਖਾਦਮ ਸਨ, ਉਹਨਾਂ ਨੂੰ ਕਤਲ ਕੀਤਾ ਜਾਂਦਾ ਸੀ। ਬੋਲੋ, ਉਹਨਾਂ ਨੂੰ
ਕਤਲ ਕੀਤਾ ਜਾਂਦਾ ਸੀ। ਪਰ ਉਸ ਜ਼ਮਾਨੇ ਵਿੱਚ ਇੱਕ ਬੰਦਾ ਸੀ, ਉਸਨੂੰ ਕਹਿੰਦੇ ਸੀ ਮਰਦੇ ਖੁਦਾ। ਉਹ ਮਰਦ ਬੋਲੋ ਜਿਹਦੀ ਖੁਦਾ ਨਾਲ ਇੱਕ ਗੱਲ ਹੋ, ਖੁਦਾ ਨੂੰ ਮਨਾ ਸਕੇ। ਮਨਾਉਣਾ ਕੀ ਹੈ? ਜੋ ਕਹੇਗਾ ਹੋ ਜਾਣਾ। ਹੁਣ ਧਿਆਨ ਨਾਲ ਸੁਣਨਾ ਤੁਸੀਂ, ਏਲੀਆ ਨੇ ਕਿਹਾ ਹੇ ਰਾਜਾ, ਤੂੰ ਰਾਜਾ ਆ ਇਸਰਾਇਲ ਦਾ, ਮੈਂ ਇਸਰਾਇਲੀਆਂ ਦਾ ਨਬੀ ਤਾਂ ਨਹੀਂ, ਮੈਂ ਖੁਦਾ ਦਾ ਨਬੀ ਹਾਂ। ਜਿਹੜੇ ਖਾਦਮ ਹੁੰਦੇ ਨੇ ਬੰਦਿਆਂ ਦੇ, ਉਹਨਾਂ ਵਿੱਚ ਬੰਦਿਆਂ ਵਾਲੀਆਂ ਗੱਲਾਂ, ਅਤੇ ਜਿਹੜੇ ਖੁਦਾ ਦੇ ਹੁੰਦੇ ਨੇ ਉਹਨਾਂ ਵਿੱਚ। ਅਜੇ ਸਮਝ 'ਚ ਆ ਗਿਆ? ਹੱਥ ਖੜਾ ਕਰ ਦਿਓ। ਬਸ ਠੀਕ ਹੈ। ਹੁਣ ਖੁਦਾ ਦੀਆਂ ਇਹ ਗੱਲਾਂ ਸਨ ਜੋ ਏਲੀਆ ਨੇ ਕਿਹਾ, ਅਤੇ ਫਿਰ ਬੜਾ ਚਿਰ ਡੀਕਿਆ, ਬਾਰਿਸ਼ ਨਹੀਂ ਹੋਈ, ਅਤੇ ਫਿਰ ਰਾਜਾ ਨੂੰ ਪੁੱਛਦੇ ਨੇ, ਫਿਰ ਕੁਛ ਲੋਕ ਖੁਦਾ ਨੂੰ ਪੁੱਛਦੇ ਨੇ। ਸਾਰੇ ਬੋਲੋ, ਖੁਦਾ ਨੇ ਕਿਹਾ ਮੈਂ ਨਹੀਂ ਰੁੱਸਿਆ। ਖੁਦਾ ਨੇ ਕਦੀ ਕਦਾ ਕਦੀ ਰੁੱਸਦਾ ਹੀ ਨਹੀਂ, ਖੁਦਾ ਰੁੱਸ ਸਕਦਾ ਹੀ ਨਹੀਂ, ਖੁਦਾ ਰੁੱਸ ਸਕਦਾ ਹੀ ਨਹੀਂ। ਬੋਲੋ, ਜਦੋਂ ਵੀ ਰੁੱਸਿਆ, ਜਦੋਂ ਵੀ ਰੁੱਸਿਆ, ਮਰਦੇ ਖੁਦਾ ਰੁੱਸਿਆ। ਮੈਂ ਬਾਰ ਬਾਰ ਇਸ ਲਈ ਕਹਿੰਦਾ, ਮਰਦ ਉਹੀ ਉਹ ਹੁੰਦਾ ਜਿਹਦੀ ਸਿੱਧੀ ਗੱਲਬਾਤ ਰੱਬ ਨਾਲ ਹੋਈ, ਉਹਨੂੰ ਮਰਦ ਕਹਿੰਦੇ ਨੇ। ਮਰਦ ਹੁਣ ਉਸਨੇ ਕਿਹਾ ਤੂੰ ਰਾਜਾ ਹੈ, ਅਤੇ ਮੈਂ ਕਹਿ ਰਿਹਾ ਕੀ ਕਹਿ ਰਿਹਾ, ਮੈਂ ਕਹਿ ਰਿਹਾ ਕਿ ਜਦੋਂ ਤੱਕ ਮੈਂ ਨਹੀਂ ਕਹਾਂਗਾ ਆਸਮਾਨ ਤੋਂ ਇੱਕ ਬੂੰਦ ਵੀ ਪਾਣੀ ਦੀ ਨਹੀਂ ਡਿੱਗੇਗੀ। ਹੁਣ ਉਹ ਕਹਿ ਕੇ ਚਲਾ ਜਾਂਦਾ ਹੈ, ਤਾਂ ਫਿਰ ਲੋਕ ਸੁਣਦੇ ਨੇ। ਬੋਲੋ, ਜੇ ਰੱਬ ਕੋਲ ਜਾਣਾ ਆ, ਜੇ ਰੱਬ ਕੋਲੋਂ ਬਰਕਤ ਲੈਣੀ ਆ, ਪਹਿਲਾਂ ਜਿਹੜਾ ਰੁੱਸਿਆ ਉਹਨੂੰ ਮਨਾਓ। ਲੋਕ ਆਏ, ਉਸਨੇ ਕਿਹਾ ਜਿਹੜੇ ਤੁਹਾਡੇ ਨਬੀ ਨੇ ਆਪਣੇ ਪਹਿਲਾਂ ਉਹਨਾਂ ਨੂੰ ਲਿਆਓ। ਉਹ ਸੀਗੇ 400 ਨਬੀ। ਕਿੰਨੇ ਸੀ?
ਉਹ ਰੱਖੇ ਦੇ ਸੀਗੇ ਇਜ਼ਬਲ ਨੇ ਅਤੇ ਰਾਜਾ ਨੇ ਰੱਖੇ ਹੋਏ ਸੀ 400 ਨਬੀ। ਬੋਲੋ, ਜਿਹੜੇ ਬੰਦਿਆਂ ਨੇ ਰੱਖੇ ਹੋਏ ਹੁੰਦੇ ਹਨ ਉਹ ਕਦੀ ਨਹੀਂ ਨਬੀ ਹੁੰਦੇ, ਜਿਹੜੇ ਰੱਬ ਨੇ ਤਿਆਰ ਕੀਤੇ ਹੁੰਦੇ ਉਹ ਨਬੀ ਹੁੰਦੇ। ਹੁਣ ਇਨਕਾਰ ਤਾਂ ਕਰ ਨਹੀਂ ਸਕਦੇ, ਹੁਣ ਉਹ ਵੀ ਆਏ, ਉਹਨਾਂ ਨੂੰ ਕਿਹਾ ਪਹਿਲੇ ਤੁਸੀਂ ਆਪਣੀਆਂ ਕੁਰਬਾਨੀਆਂ ਚੜ੍ਹਾਓ, ਰੱਬ ਨੂੰ ਮਨਾਓ, ਰੱਬ ਦੇ ਹਜ਼ੂਰ ਦੁਆ ਕਰੋ, ਦਰਖਾਸਤ ਰਹੋ ਕਰੋ, ਖੁਦਾ ਤੁਹਾਡੀ ਦੁਆਵਾਂ ਨੂੰ ਸੁਣੇ ਅਤੇ ਦੁਨੀਆ 'ਤੇ ਬਾਰਿਸ਼ ਹੋਵੇ। ਉਹ ਫਿਰ ਉਹਨਾਂ ਨੇ ਕਿਹਾ ਠੀਕ ਆ, ਉਹਨਾਂ ਨੇ ਕੁਰਬਾਨੀ ਚੜ੍ਹਾਈ ਅਤੇ ਅੱਗ ਉਡੀਕਦੇ ਨੇ। ਉੱਚੀ ਬੋਲੋ, ਅੱਗ ਨੂੰ ਉਤਾਰਨਾ, ਉਹ ਵੀ ਏਲੀਆ ਦੇ ਹੱਥ ਵਿੱਚ ਸੀ। ਏਲੀਆ ਕਹੇਗਾ ਤੇ ਅੱਗ ਵੀ ਉਤਰ ਆਏਗੀ, ਏਲੀਆ ਕਹੇਗਾ ਤੇ ਬਾਰਿਸ਼ ਵੀ ਹੋਵੇਗੀ। ਹੁਣ ਅੱਗ ਤੇ ਉਤਰੀ ਨਹੀਂ। ਮੈਂ ਕੈਨੇਡਾ ਵਿੱਚ ਪੁੱਛਿਆ ਕਿ ਯਹੂਦੀ ਨੂੰ, ਮੈਂ ਕਿਹਾ ਭਾਅ ਜੀ ਤੁਸੀਂ ਦੱਸੋ, ਮੈਂ ਪਹਿਲੀ ਵਾਰੀ ਉਦੋਂ ਮੈਂ ਗਿਆ ਸੀ ਅਤੇ ਮੈਂ ਕਿਹਾ ਮੈਨੂੰ ਦੱਸੋ ਤੁਸੀਂ ਕੁਰਬਾਨੀਆਂ ਕਿਉਂ ਨਹੀਂ ਚੜ੍ਹਾਉਂਦੇ, ਜਾਨਵਰ ਹੈ ਨਹੀਂ? ਕਹਿੰਦੇ ਜਾਨਵਰ ਤਾਂ ਹੈਗੇ ਨੇ। ਅਤੇ ਮੈਂ ਕਿਹਾ ਫਿਰ ਕਿਉਂ ਨਹੀਂ ਕੁਰਬਾਨੀਆਂ ਚੜ੍ਹਾਉਂਦੇ? ਕੁਰਬਾਨੀਆਂ ਅੱਜ ਵੀ ਚੜ੍ਹਾਈਆਂ ਜਾਂਦੀਆਂ ਨੇ ਉੜੀਸਾ ਵਿੱਚ ਵੀ, ਕਦੀ ਕਦੀ ਬੰਦੇ ਦੀ ਵੀ, ਕੁੰਵਾਰੀ ਲੜਕੀ ਦੀ, ਕੁੰਵਾਰੇ ਲੜਕੇ ਦੀ ਵੀ ਕਲੀ ਦੀ ਕੁਰਬਾਨੀ ਹੁੰਦੀ ਹੈ। ਸਾਡੇ ਹਿੰਦੁਸਤਾਨ ਵਿੱਚ ਹੀ ਜਾਨਵਰਾਂ ਦੀ ਵੀ ਕੁਰਬਾਨੀ ਹੁੰਦੀ ਹੈ, ਭੈਂਸੇ ਦੀ ਵੀ ਕੁਰਬਾਨੀ ਹੁੰਦੀ ਹੈ, ਭੈਂਸ ਦੇ ਜਿਹੜਾ ਬੱਚਾ ਹੁੰਦਾ ਨਾ ਮੱਝ ਦਾ ਕੱਟਾ ਜਿਹਨੂੰ ਕਹਿੰਦੇ ਆ, ਉਹਨਾਂ ਦੀ ਵੀ ਕੁਰਬਾਨੀ ਹੁੰਦੀ ਹੈ। ਉਹ ਜਦੋਂ ਫਿਰ ਕੁਰਬਾਨੀ ਹੁੰਦੀ ਹੈ ਤਾਂ ਜਿਹੜੇ ਬੜੇ ਆਪਣੇ ਆਪ ਨੂੰ ਰਾਜਪੂਤ ਸਮਝਦੇ ਨੇ ਸੂਰਮੇ, ਉਹ ਫਿਰ ਦੋ ਆਦਮੀ ਆਪਸ ਵਿੱਚ ਪਹਿਲਾਂ ਲੜਦੇ ਨੇ ਅਤੇ ਜਿਹੜਾ ਫਿਰ ਜਿੱਤ ਜਾਵੇ ਅਤੇ ਦੂਜੇ ਨੂੰ ਹਰਾ ਦੇਵੇ ਤਾਂ ਫਿਰ ਉਹ ਕੁਰਬਾਨੀ ਚੜ੍ਹਾ ਸਕਦਾ ਹੈ, ਉਹ ਵੀ ਜਾਨਵਰ ਦੀ। ਪਰ ਅੱਜ ਤੱਕ ਬੋਲੋ ਕਦੀ ਨਹੀਂ ਕਿਸੇ ਨੇ ਸੁਣਿਆ ਕਿ ਕਿਸੇ ਦੇ ਬਲੀਦਾਨ ਜਾਂ ਕਿਸੇ ਦੀ ਕੁਰਬਾਨੀ 'ਤੇ ਅੱਗ ਉਤਰੀ ਹੋਵੇ। ਅਤੇ ਜੇ ਅੱਗ ਉਤਰੇਗੀ ਅਤੇ ਫਿਰ ਤਾਂ ਪਟਿਆਲੇ ਸ਼ਹਿਰ ਵਿੱਚ ਬੜਾ ਖਤਰਾ ਹੋ ਜਾਣਾ, ਕਿਉਂਕਿ ਉੱਥੇ ਵੀ ਪੰਛੀਆਂ ਨੂੰ, ਲੇਲਿਆਂ ਨੂੰ ਉਹਨਾਂ ਦੀ ਕੁਰਬਾਨੀ ਚੜ੍ਹਾਈ ਜਾਂਦੀ ਹੈ ਪਟਿਆਲੇ ਵਿੱਚ, ਪਰ ਅੱਗ ਨਹੀਂ ਆਉਂਦੇ। ਅਤੇ ਮੈਂ ਕਿਹਾ ਵੀ ਤਾਂ ਬੜਾ ਜਾਨਵਰ ਹੈ ਨਹੀਂ ਗੇ, ਤੁਸੀਂ ਕੋਈ ਕੁਰਬਾਨੀ ਨਹੀਂ ਚੜ੍ਹਾਈ? ਉਹਨਾਂ ਨੇ ਕਿਹਾ ਜਾਨਵਰ ਤਾਂ ਬਹੁਤ ਨੇ। ਅਤੇ ਮੈਂ ਕਿਹਾ ਫਿਰ, ਕਹਿੰਦੇ ਪਰ ਅੱਗ ਨਹੀਂ ਉਤਰਦੀ। ਕੌਣ? ਅੱਗ। ਬੋਲੋ, ਅੱਗ ਨਹੀਂ ਉਤਰਦੀ। ਮੈਂ ਕਿਹਾ ਅੱਛਾ, ਸਾਰੇ ਜਣੇ ਬੋਲੋ, ਜਿੰਨੀ ਦੇਰ ਤੱਕ ਮੇਰੀ ਦੁਆ ਦੀ ਕੁਰਬਾਨੀ 'ਤੇ, ਜਦੋਂ ਮੈਂ ਦੁਆ ਕਰਦੀ ਹਾਂ ਮੇਰੀ ਦੁਆ ਕਬੂਲ ਹੋਵੇਗੀ,
ਕਦੋਂ ਹੋਵੇਗੀ? ਜਦੋਂ ਅੱਗ ਤੇਰੇ ਦੁਆ ਲਫਜ਼ਾਂ ਦੇ ਉੱਤੇ ਅੱਗ ਉਤਰੇਗੀ ਤੇ ਮੰਨ ਲੈ ਕੇ ਮੇਰੀ ਦੁਆ ਖਦੂਰ ਕਬੂਲ ਹੋਵੇਗੀ। ਤੇ ਜੇ ਉਹ ਨੇ ਕਬੂਲ ਹੋਏ ਤੇ ਕਦੇ ਵੀ ਨਾ ਮੰਨਿਓ ਤੇ ਦੁਆ ਕਬੂਲ ਹੋ ਗਈ। ਹੁਣ ਬੜਾ ਉਹਨਾਂ ਨੇ ਜ਼ੋਰ ਲਾਇਆ, ਆਪਣੇ ਆਪ ਨੂੰ ਜ਼ਖਮੀ ਕਰਨ ਡਏ ਨੇ, ਬੜਾ ਕੁਛ ਕੀਤਾ, ਪਰ ਅੱਗ ਨਹੀਂ ਉਤਰੀ। ਅਤੇ ਏਲੀਆ ਨੇ ਲਿਖਿਆ, ਮਖੌਲ ਕੀਤੇ ਵੀ ਤੁਹਾਡਾ ਰੱਬ ਸੁੱਤਾ ਹੋਣਾ ਪਤਾ ਕਰੋ, ਸੋਚ ਵਿੱਚ ਹੋਣਾ ਪਤਾ ਕਰੋ, ਥੱਕਾ ਹੋਣਾ ਪਤਾ ਕਰੋ, ਕਿਤੇ ਕੰਮ 'ਤੇ ਗਿਆ ਹੋਣਾ, ਪਰ ਰੱਬ ਨਹੀਂ। ਬੋਲੋ ਰੱਬ। ਆਹ ਹਵਾ ਚੱਲ ਰਹੀ ਹੈ ਨਾ ਕਿ ਨਹੀਂ? ਬੋਲੋ ਬੋਲੋ, ਚੱਲ ਰਹੀ ਹੈ ਨਾ ਹਵਾ? ਕੀ ਰੱਬ ਵੀ ਚੱਲਦਾ ਹੈ? ਹੈਂ? ਅੱਛਾ, ਰੱਬ ਹਰ ਜਗ੍ਹਾ ਮੌਜੂਦ ਹੈ ਅਤੇ ਫਿਰ ਉਹ ਜਾਂਦਾ ਤਾਂ ਫਿਰ ਹੀ ਕਿਤੇ ਆਉਂਦਾ ਨਾ? ਹਾਂ ਬੋਲੋ, ਰੱਬ ਨੂੰ ਆਉਣ ਦੀ ਜਾਣ ਦੀ ਜ਼ਰੂਰਤ ਹੀ ਨਹੀਂ, ਜ਼ਰੂਰਤ ਹੀ ਨਹੀਂ। ਉਹ ਐਡਾ ਵੱਡਾ ਰੱਬ ਆ ਜਿਹਦੇ ਵਚਨ ਦੇ ਸ਼ਬਦ ਵਿੱਚੋਂ ਅਣਗਿਣਤ ਪ੍ਰਿਥਵੀਆਂ ਜ਼ਮੀਨਾਂ ਅਤੇ ਆਸਮਾਨ ਉਹਨਾਂ ਦੇ ਮੂੰਹ ਵਿੱਚੋਂ ਨਿਕਲਦੇ ਨੇ, ਉਹਨੂੰ ਕਿਤੇ ਜਾਣ ਆਉਣ ਦੀ ਲੋੜ ਹੀ ਨਹੀਂ। ਜਿਹੜਾ ਆਉਂਦਾ ਅਤੇ ਜਾਂਦਾ ਆ, ਜਿਹੜਾ ਆਉਂਦਾ ਪਹਿਲਾਂ, ਲੋਕ ਹੱਸਦੇ ਨੇ, ਖੁਸ਼ੀਆਂ ਮਨਾਉਂਦੇ ਨੇ, ਫਿਰ ਉਹ ਜਾਂਦਾ ਆ, ਫਿਰ ਰੋਂਦੇ ਨੇ। ਖੈਰ ਇਹ ਤਾਂ ਕੋਈ ਖਾਸ ਗੱਲ ਨਹੀਂ, ਪਰ ਇਹ ਖਾਸ ਗੱਲ ਤੁਸੀਂ ਸਮਝਣੀ ਹੈ। ਪਤਾ ਲੱਗ ਗਿਆ ਕਿ ਕੁਰਬਾਨੀ ਕਬੂਲ ਨਹੀਂ ਹੋਈ। ਹੁਣ ਕਿਹਾ ਸੀ ਖੁਦਾ ਨੇ, ਜੋ ਏਲੀਆ ਕਵੇ ਸੋ ਕਰੋ। ਜਲਦੀ ਬੋਲੋ, ਜੋਰ ਸੇ ਬੋਲੋ, ਜੋ ਏਲੀਆ ਕਹੇ ਸੋ ਕਰੋ। ਫਿਰ ਏਲੀਆ ਨੇ ਕਿਹਾ ਕਿ ਤੁਸੀਂ 12 ਪੱਥਰ ਲਿਆਓ ਧਿਆਨ ਨਾਲ ਸੁਣਨਾ ਹੁਣ ਤੁਸੀਂ 12 ਪੱਥਰ ਲਿਆਓ, 4 ਰੱਖੋ, ਫਿਰ 4 ਰੱਖੋ, ਫਿਰ 4 ਹੋਰ ਰੱਖੋ, 4, ਫਿਰ ਦੂਸਰੇ 4 ਕੇ ਤੀਸਰੇ ਕਿੰਨੇ ਹੋ ਗਏ? 12। ਬੋਲੋ ਜਲਦੀ ਜਲਦੀ, ਕਿੰਨੇ ਹੋ ਗਏ? 12 ਹੋ ਗਏ। 12 ਪੱਥਰ ਰੱਖੇ ਗਏ ਅਤੇ ਏਲੀਆ ਨੇ ਕਿਹਾ ਇਹ ਕੁਰਬਾਨਗਾਹ ਢੱਠ ਗਈ ਸੀ, ਤੁਹਾਡੇ ਘਰ ਵਿੱਚੋਂ ਜਦੋਂ ਦੁਆ ਵਾਲੀ, ਅਰਦਾਸ ਵਾਲੀ, ਪ੍ਰਾਰਥਨਾ ਵਾਲੀ ਕੁਰਬਾਨਗਾਹ ਢੱਠ ਗਈ, ਮੁਸੀਬਤਾਂ ਉਦੋਂ ਹੀ ਆਉਂਦੀਆਂ। ਮੁਸੀਬਤਾਂ ਵੀ ਇੰਤਜ਼ਾਰ ਕਰਦੀਆਂ ਰਹਿੰਦੀਆਂ ਹਨ ਕਿ ਕਦੋਂ ਇਹਨਾਂ ਦੇ ਘਰੋਂ ਕੁਰਬਾਨਗਾਹ ਢੱਠੇਗੀ ਦੁਆ ਵਾਲੀ, ਅਤੇ ਸਾਨੂੰ ਵੀ ਜਾਣ ਦਾ ਮੌਕਾ ਮਿਲੇਗਾ। ਸੋ ਤੇਰੇ ਉੱਤੇ
ਤੁਸੀਂ ਸੋ ਤੁਸੀਂ ਗਾਓ ਨਾ ਸੁਣੋ, ਤੁਸੀਂ ਗਾਓ ਨਾ ਸਿਰਫ ਸੁਣੋ। ਸੋ ਤੇਰੇ ਉੱਤੇ ਕਦੀ ਵੀ ਨਾ ਆਫਤ ਆਵੇਗੀ, ਤਾਂ ਪਾਲੀ ਤੇਰੇ ਡੇਰੇ ਵਿੱਚ ਨਾ ਚਾਤੀ ਪਾਵੇਗੀ, ਤਾਂ ਬੋਲੋ। ਜਦੋਂ ਕੁਰਬਾਨਗਾ ਘਰੋਂ ਟੱਠ ਗਈ, ਮੁਸੀਬਤ ਦੇ ਉੱਤੇ ਮੁਸੀਬਤ ਆਏਗੀ, ਦੁੱਖ ਉੱਤੇ ਦੁੱਖ, ਬਹੁਤ ਬੁਰਾ ਹਾਲ ਹੋ ਜਾਏਗਾ। ਸਾਡੀ ਬੀਬੀ ਜੀ ਆਏ ਸ਼ਨੀਵਾਰ ਸ਼ਾਇਦ, ਅਤੇ ਉਦਣ ਦੀ ਸੋਚ ਇਹਨਾਂ ਨੂੰ ਨਹੀਂ ਪਈ, ਅਤੇ ਹੁਣ ਥੋੜ੍ਹੀ ਜਿਹੀ ਕਮਜ਼ੋਰੀ ਰਹਿ ਗਈ ਵੀ ਪੇਟ ਵਿੱਚ ਪਾਣੀ ਭਰਿਆ ਤਾਂ ਕਹਿੰਦੇ ਕਢਾਉਣਾ ਪੈਣਾ, ਅਤੇ ਤੁਹਾਡੇ ਸਾਹਮਣੇ ਅਗਲੇ ਤਵਾਰ ਆ ਕੇ ਦੱਸਣਗੇ ਕਢਾਉਣ ਦੀ ਲੋੜ ਪਈ ਨਹੀਂ। ਸਾਰੇ ਪਾਣੀਆਂ ਦਾ ਹਾਕਮ ਹੁਕਮ ਉੱਤੇ ਰੱਖਣ ਵਾਲਾ, ਠੀਕ ਹੈ ਬੀਬੀ ਜੀ? ਹਾਂ ਚਲੋ ਠੀਕ, ਹੈਂ ਕੋਈ ਗੱਲ ਨਹੀਂ। ਫਿਰ ਸੁਣੋ ਇੱਕ ਵਾਰੀ ਕਹਿ ਦਿਓ ਸਾਰੇ ਜਣੇ, ਮੇਰੇ ਘਰ ਉੱਤੇ ਗਰੀਬੀ ਮੁਸੀਬਤ ਲੜਾਈ ਝਗੜਾ ਫਸਾਦ ਹਰ ਤਰ੍ਹਾਂ ਦੀ ਦੁੱਖ ਮੁਸੀਬਤ ਉਹਨਾਂ ਚਿਰ ਨਹੀਂ ਆਏਗੀ ਜਿੰਨਾ ਚਿਰ ਤੇਰੇ ਘਰ ਵਿੱਚ ਦੁਆ ਵਾਲੀ ਕੁਰਬਾਨ ਗਾਹ ਮੌਜੂਦ ਰਹੇਗੀ। ਫਿਰ ਉਹਨਾਂ ਨੇ ਕਿਹਾ, ਹੁਣ ਬੋਲੋ, ਇਹਨਾਂ ਪੱਥਰਾਂ ਉੱਤੇ, ਇਹ 12 ਕਬੀਲੇ ਨੇ ਤਾਂ 12 ਪੱਥਰ ਸਨ, ਬੋਲੋ ਇਹਨਾਂ ਪੱਥਰਾਂ ਉੱਤੇ 12 ਹੀ ਲੱਕੜੀਆਂ ਰੱਖਣੀਆਂ ਹਨ। ਕਿੰਨੀਆਂ ਸੁਣਿਆ ਨਹੀਂ ਸੀ, ਅੱਜ ਪਹਿਲੀ ਵਾਰੀ ਸੁਣਨ ਲੱਗਿਆ ਵੀ ਲੱਕੜੀਆਂ ਵੀ ਕਿੰਨੀਆਂ ਗਿਣਤੀ 'ਚ ਹੋਣ। ਲੱਕੜੀਆਂ ਨੂੰ ਰੱਖ ਦੇਣਾ ਹੈ ਅਤੇ ਉਹਨਾਂ ਦੇ ਉੱਤੇ ਕੁਰਬਾਨੀ ਚੜ੍ਹਾ ਕੇ ਰੱਖ ਦੇਣੀ ਹੈ, ਕੁਰਬਾਨੀ ਚੜ੍ਹਾ ਦੇਣੀ ਹੈ। ਹੁਣ ਬੋਲੋ, ਕੁਰਬਾਨੀ ਦੀ ਕੁਰਬਾਨੀ ਵੀ 12 ਟੁਕੜਿਆਂ ਵਾਲੀ ਹੋਵੇਗੀ। ਬਾਈਬਲ ਪੜ੍ਹਨ ਵਾਲੇ ਜਾਣਦੇ ਨੇ, ਜਿਨ੍ਹਾਂ ਨੇ ਪੜ੍ਹੀ ਹੋਵੇਗੀ ਬਾਈਬਲ, ਕਿ ਇੱਕ ਕੁਰਬਾਨੀ ਚੜ੍ਹਾਈ ਸੀ ਲੜਕੀ ਬੇਵਕਤ ਘਰੋਂ ਤੋਰੀ, ਰਾਤ ਰੱਖ ਲਿਆ ਕਰੋ ਪਰ ਬੇਵਕਤ ਨਾ ਤੋਰਿਆ ਕਰੋ, ਦੋ ਰਾਤਾਂ ਰੱਖ ਲਓ ਪਰ ਬੇਵਕਤ ਨਾ ਤੋਰਿਆ ਕਰੋ। ਬੋਲੋ, ਜਦੋਂ ਵੀ ਤੁਰਨਾ, ਜਦੋਂ ਵੀ ਤੋਰਨਾ, ਸਵੇਰੇ ਸਵੇਰੇ ਤੋਰਿਆ ਕਰੋ। ਇੱਕ ਲੜਕੀ ਨੂੰ ਉਹਦੇ ਪਤੀ ਨੇ
ਲੈ ਕੇ ਜਾ ਰਿਹਾ ਸੀ। ਉਹਦੇ ਮਾਂ ਬਾਪ ਨੇ ਕਵੇੜੇ ਤੋੜਿਆ ਸੀ, ਰਸਤੇ ਵਿੱਚ ਰਾਤ ਪੈ ਗਈ। ਉਸ ਲੜਕੀ ਦਾ ਬਹੁਤ ਬੁਰਾ ਹਾਲ ਹੋਇਆ। ਐਸੇ ਬੰਦੇ, ਐਸੇ ਜ਼ਾਲਿਮ ਜਿਨ੍ਹਾਂ ਨੇ ਉਸ ਨੂੰ ਬਹੁਤ ਜ਼ਿਆਦਾ ਤੋਂ ਜ਼ਿਆਦਾ ਇੰਨਾ ਸਤਾਇਆ ਕਿ ਲਾਸਟ ਉਹ ਮਰ ਗਈ। ਉਹਦੇ 12 ਟੁਕੜੇ ਕੀਤੇ ਗਏ। ਉੱਚੀ ਬੋਲੋ ਬੋਲੋ, ਕਿਉਂਕਿ ਇਸਰਾਇਲ ਦੇ ਕਬੀਲੇ 12 ਸਨ ਅਤੇ ਇੱਕ ਇੱਕ ਟੁਕੜਾ ਭੇਜਿਆ ਗਿਆ ਹਰ ਕਬੀਲੇ ਨੂੰ ਕਿ ਦੇਖ ਲਓ ਤੁਸੀਂ ਕਹਿੰਦੇ ਹੋ ਅਸੀਂ ਰੱਬ ਦੇ ਬੰਦੇ ਹਾਂ ਅਤੇ ਇਹ ਕਰਮ, ਇਹ ਤੁਸੀਂ ਰੱਬ ਦੇ ਬੰਦੇ ਹੋ ਕੇ ਵੀ ਐਸਾ ਜ਼ੁਲਮ ਕੀਤਾ ਅਤੇ ਬਹੁਤ ਬੁਰਾ ਹਸ਼ਰ ਹੋਇਆ ਸੀ। ਪਰ ਇਹ ਗੱਲ ਹੁਣ ਯਾਦ ਰੱਖੋ, ਕੁਰਬਾਨੀ ਦੇ ਟੁਕੜੇ ਵੀ 12 ਹੋਣ। ਰੁਚੀ ਬੋਲੋ, ਕੁਰਬਾਨੀ ਦੇ ਟੁਕੜੇ ਵੀ 12 ਹੋਣ, ਲੱਕੜਾਂ ਵੀ 12 ਹਨ, ਪੱਥਰ ਵੀ 12 ਹੋਣ, ਫਿਰ 4 ਘੜੇ ਪਾਣੀ ਦੇ ਉਹਦੇ ਉੱਤੇ ਡੋਲੇ ਜਾਣ, ਫਿਰ 4 ਹੋਰ ਡੋਲੇ ਜਾਣ, 4 ਹੋਰ ਡੋਲੇ ਜਾਣ, ਘੜੇ ਵੀ 12 ਹੀ ਹੋਣ, ਪੱਥਰ ਵੀ 12, ਲੱਕੜਾਂ ਵੀ, ਟੁਕੜੇ ਵੀ। ਫਿਰ ਜਦੋਂ 12-12 ਹੋ ਜਾਣਗੇ ਪੂਰੇ, ਫਿਰ ਖੁਦਾ ਖੁਸ਼ ਹੋ ਜਾਏਗਾ ਤਾਂ ਫਿਰ ਅੱਗ ਉੱਪਰੋਂ ਆਏਗੀ, ਪੱਥਰ ਵੀ, ਲੱਕੜਾਂ ਵੀ, ਕੁਰਬਾਨੀ ਵੀ, ਪਾਣੀ ਵੀ, ਸਭ ਕੁਛ ਪਸ਼ਮ ਹੋ ਜਾਏਗਾ। ਖੁਦਾ ਨੇ ਕਬੂਲ ਕਰ ਲਿਆ, ਬੇਸ਼ੁਮਾਰ ਬਾਰਿਸ਼ ਹੋਈ। ਕਿਸਨੇ ਕਬੂਲ ਕੀਤਾ? ਬੋਲੋ, ਇਸ ਸਬਕ ਵਿੱਚੋਂ ਇੱਕ ਗੱਲ ਸੁਣ ਲੈਣੀ ਹੈ। ਸਾਡੇ ਘਰ ਵਿੱਚ ਅੱਜ ਜਾ ਕੇ ਸਭ ਤੋਂ ਪਹਿਲਾਂ ਕੁਰਬਾਨਗਾਹ ਬਣਾ ਲੈਣੀ ਹੈ। ਹੁਣ ਬੋਲੋ, ਹੁਣ ਬਹੁਤ ਪੱਥਰ ਨਹੀਂ ਇਕੱਠੇ ਕਰਨੇ, ਲੱਕੜਾਂ ਨਹੀਂ ਇਕੱਠੀਆਂ ਕਰਨੀਆਂ, ਬਸ ਬੋਲੋ ਇੱਕ ਕੱਪੜਾ ਘਰ ਦੇ ਵਿੱਚ ਇੱਕ ਜਗ੍ਹਾ ਮੁਕਰਰ ਕਰਕੇ ਰੱਖ ਲਓ, ਮੁਕਰਰ ਕਰਕੇ ਰੱਖ ਲਓ। ਜ਼ੋਰ ਸੇ ਬੋਲੋ, ਉਹ ਕੁਰਬਾਨਗਾਹ ਨਹੀਂ ਹੋਵੇਗੀ, ਇਬਾਦਤ ਗਾਹ ਬਣ ਜਾਏਗੀ। ਪਰ ਹਰ ਘਰ ਦੇ ਵਿੱਚ ਕੁਰਬਾਨਗਾਹ ਹੋਣੀ,
ਕਿੰਨੇ ਉਹ ਜਿਹਨਾਂ ਨੇ ਸੁਣ ਲਿਆ ਵੀ ਤਪਾਲੀ ਨਹੀਂ ਘਰ ਬਣੇਗੀ, ਗਰੀਬੀ ਘਰ ਨਹੀਂ ਬਣੇਗੀ, ਮੁਸੀਬਤ ਘਰ ਨਹੀਂ ਆਵੇਗੀ, ਆਫਤਾਂ ਨਹੀਂ ਆਉਣਗੀਆਂ, ਮੁਕੱਦਮੇਬਾਜ਼ੀਆਂ ਨਹੀਂ ਹੋਣਗੀਆਂ, ਇਹੋ ਜਿਹੇ ਕੰਮ ਨਹੀਂ ਹੋਣਗੇ, ਅਤੇ ਕਿੰਨੇ ਚਾਹੁੰਦੇ ਹੋ ਜੇ ਘਰ 'ਚ ਇੱਕ ਹੀ ਕੁਰਬਾਨਗਾਹ ਹੋਵੇਗੀ ਅਤੇ ਖੁਦਾ ਅਤੇ ਖੁਦਾ ਦੇ ਫਰਿਸ਼ਤੇ ਤੁਹਾਡੇ ਘਰ ਵਿੱਚ ਹੋਣਗੇ। ਕਦੋਂ ਰੱਬ ਕਹੇਗਾ, ਰੱਬ ਤੇਰੇ ਵਾਸਤੇ ਕਰੇਗਾ ਫਰਿਸ਼ਤਿਆਂ ਨੂੰ ਫਰਮਾ ਕਿਉਂ ਸਭ ਤੇਰੀਆਂ ਰਾਮ ਵਿੱਚ ਹੋ, ਤੇਰਾ ਜਾਣਾ ਵੀ ਮੁਬਾਰਕ ਹੋਏਗਾ, ਬੋਲੋ ਤੇਰਾ ਆਉਣਾ ਵੀ ਮੁਬਾਰਕ ਹੋਵੇਗਾ, ਜਦੋਂ ਘਰ ਆਓਗੇ ਫੇਰ ਵੀ ਮੁਬਾਰਕ ਹੋਵੋਗੇ, ਜਦੋਂ ਘਰੋਂ ਜਾਓਗੇ ਫੇਰ ਵੀ ਮੁਬਾਰਕ ਹੋਵੋਗੇ, ਮੁਬਾਰਕ ਹੋਣ ਵਾਲੀ ਗੱਲ ਕਿਹੜੀ ਹੋਈ, ਕਿਉਂਕਿ ਤੂੰ ਇਕੱਲਾ ਨਹੀਂ ਹੋਵੇਗਾ, ਤੇਰੇ ਨਾਲ ਖੁਦਾ ਦੇ ਫਰਿਸ਼ਤੇ ਵੀ ਹੋਣਗੇ। ਹੁਣ ਕੁਰਬਾਨਗਾਹ ਰੱਖਣੀ ਆ ਕਿ ਜਾਂ ਇਕੱਲੇ ਗੁਜ਼ਾਰਾ ਹੋਜੂ, ਆ ਕੁਰਬਾਨਗਾਹ ਬਣੀ ਆ ਜਾਂ ਠੱਠ ਗਈ, ਚਲੋ ਮੇਰੀਆਂ ਖੱਜ ਦਿੰਦੀ ਗਾ ਫਰਕ ਸ਼ਾਇਦ, ਤੁਹਾਨੂੰ ਨਹੀਂ ਪਤਾ ਉਹਦਾ ਮੈਂ ਕਿੱਧਰ ਨੂੰ ਵੇਖਣ ਡਿਆ, ਕਿਸੇ ਨੂੰ ਸੁਨੇਹਾ ਮਿਲ ਰਿਹਾ ਖੁਦਾ ਦਾ ਵੀ ਕੁਰਬਾਨਗਾਹ ਬਣਾਓ, ਬੋਲੋ ਕੋਠੀਆਂ ਲੱਖਾਂ ਹੋਣ, ਉਹ ਨਾ ਹੋਇਆ ਹਰ ਕੋਠੀ ਗਮ ਦਾ ਘਰ ਹੋਵੇਗੀ, ਬੋਲੋ ਜਿੱਥੇ ਉਹ ਹੋਇਆ ਉੱਥੇ ਫਿਰ ਬਹਾਰ ਹੋਵੇਗੀ, ਬੋਲੋ ਆਮ ਬੱਚਿਓ ਸਾਰੇ ਖੜ੍ਹੇ ਹੋ ਕੇ ਉੱਧਰ ਨਮੂੰਹ ਕਰਕੇ ਸਾਰਿਆਂ ਨੂੰ ਬੀਬੀਆਂ ਨੂੰ ਸੁਨੇਹਾ ਦੇ ਦਿਓ ਤੁਸੀਂ ਜਲਦੀ ਜਲਦੀ, ਬੇਟਾ ਤੁਸੀਂ ਵੀ ਮੁੰਡੇ ਭਾਜੀ ਖੜ੍ਹੇ ਹੋ ਕੇ ਉੱਧਰ ਨਮੂੰਹ ਕਰਕੇ ਸਾਰਿਆਂ ਨੂੰ ਦੱਸਣਾ ਤੁਸੀਂ ਅੱਜ ਸਾਰਿਆਂ ਨੂੰ, ਬੋਲੋ ਭਾਵੇਂ 10 ਮੰਜ਼ਲੀ ਕੋਠੀ ਹੋਵੇ, ਬੋਲੋ ਬੋਲੋ ਦੱਸੋ ਸਾਰਿਆਂ ਨੂੰ, ਫਿਰ ਬੋਲੋ ਫਿਰ ਬੋਲੋ ਗਮ ਦਾ ਘਰ ਬਣ ਸਕਦੀ ਆ ਜਿੱਥੇ ਖੁਦਾ ਹੋਵੇ ਉੱਥੇ ਬਹਾਰ ਹੋਵੇਗੀ। ਸਾਰਿਆਂ ਨੂੰ ਪੁੱਛ ਲਓ ਬੇਟਾ, ਤੁਸੀਂ ਸਾਰੇ ਸੰਡੇ ਸਕੂਲ ਵਾਲੇ ਬੱਚੇ ਸਾਰਿਆਂ ਨੂੰ ਪੁੱਛ ਲਓ, ਅਤੇ ਨਾਲੇ ਨਾ ਤੁਹਾਡੇ ਵਾਸਤੇ ਅੰਕਲ ਜੀ ਨਾ ਇੱਕ ਉਹ ਲਿਆਏ ਨੇ ਟੋਫੀਆਂ, ਅਤੇ ਆਪਣੀਆਂ ਆਪਣੀਆਂ ਟੋਫੀਆਂ ਲੈ ਕੇ ਜਾਇਓ, ਟੋਫੀਆਂ ਵੀ ਨੇ ਹੋਰ ਪਤਾ ਨਹੀਂ ਕੀ ਹੈ। ਹਾਂ ਬੀਬੀਓ ਭਾਜੀਓ ਨਿੱਕੇ ਨਿੱਕੇ ਬੱਚਿਆਂ ਦੇ ਆਖੇ ਲੱਗਣਾ ਕਿ ਜਾਂ ਰੱਬ ਦੇ ਆਖੇ ਲੱਗਣਾ ਕਿ ਲੱਗਣਾ ਹੀ ਨਹੀਂ,
ਚੱਲ ਪੁੱਛ ਵੀ ਬਹਾਰ ਚਾਹੀਦੀ ਆ ਕਿ ਨਿਰੀ ਕੋਠੀ। ਪੁੱਛੀ ਜਾ ਪੁੱਛੀ ਜੀ ਦੋ ਪਰਾ ਜਵਾਬ ਕੰਮ ਮਕਾਓ। ਚਲੋ ਨੀ ਤੁਸੀਂ ਵੀ ਪੁੱਛੋ ਪੁੱਛੋ ਬਹਾਰ ਚਾਹੀਦੀ ਆ ਘਰ ਵਿੱਚ ਦੱਸੋ ਕੁੜੀਓ ਪੁੱਛ ਲੈ ਇੱਕ ਵਾਰੀ ਫੇਰ ਕਹਿ ਦਿਓ ਘਰ ਘਰ ਜਾ ਕੇ ਆਪਣੇ ਆਪਣੇ ਦੇ ਕੁਰਬਾਨਗਾਹ ਬਣਾ ਲਓ ਘਰ ਵਿੱਚ ਬੋਲੋ ਦੁਆ ਵਾਸਤੇ ਜਗ੍ਹਾ ਮੁਕਰਰ ਕਰ ਲਓ ਭਾਵੇਂ 5 ਫੁੱਟ ਜਗ੍ਹਾ ਕਾਫੀ ਆ ਸਾਫ ਸੁਥਰੀ ਕਰਕੇ ਰੱਖੋ ਜਾਣਾ ਤਾਂ ਉੱਥੇ ਬਹਿ ਕੇ ਦੁਆ ਕਰਕੇ ਜਾਓ ਜੇ ਆਉਣਾ ਤਾਂ ਆ ਕੇ ਪਹਿਲਾਂ ਉੱਥੇ ਬਹਿ ਕੇ ਦੁਆ ਕਰੋ ਫਿਰ ਫਰਿਸ਼ਤੇ ਵੀ ਤੇਰੇ ਨਾਲ ਹੋਣਗੇ ਜਾਣਗੇ ਵੀ ਨਾਲ ਅਤੇ ਹੱਥ ਖੜੇ ਕਰਕੇ ਪੁੱਛ ਲਓ ਸਾਰਿਆਂ ਨੂੰ ਮਨਜ਼ੂਰ ਆ ਬੇਟਾ ਪੁੱਛ ਲਓ ਤਾਰੀਫ ਕਰੋ ਸਾਰੇ ਹਾਲੇਲੂਇਆ ਅੱਛਾ ਬੈਠ ਦਿਓ ਹੁਣ ਦੱਸੋ ਕੌਣ ਕੌਣ ਭਾਵੇਂ ਇੱਕ ਦਰੀ ਏਡੀ ਕੁ ਹੋਵੇ ਭਾਵੇਂ ਏਡਾ ਕੁ ਕੱਪੜੇ ਦਾ ਚੰਗਾ ਜਿਹਾ ਟੁਕੜਾ ਹੋਵੇ ਇੰਨਾ ਕੁ ਤਾਂ ਤੁਹਾਡੇ ਘਰ ਵਿੱਚ ਹੋ ਹੀ ਸਕਦਾ ਇੰਨਾ ਕੁ ਥਾਂ ਤੁਹਾਨੂੰ ਪ੍ਰਾਰਥਨਾ ਕਰਨ ਦਾ ਤਾਂ ਮਿਲ ਹੀ ਸਕਦਾ ਬੋਲੋ ਅਤੇ ਜਿਹੜੇ ਜਿਨ੍ਹਾਂ ਦੇ ਘਰ ਹੈ ਉਹ ਵੀ ਹੱਥ ਖੜੇ ਕਰਕੇ ਦਵਾ ਕਰੋ ਤਾਰੀਫ ਕਰੋ ਅਤੇ ਜਿਨ੍ਹਾਂ ਦੇ ਘਰ ਹੈ ਨਹੀਂ ਜਿਨ੍ਹਾਂ ਅੱਜ ਹੀ ਜਾ ਕੇ ਬਣਾ ਲੈਣੀ ਹੈ ਉਹ ਵੀ ਤਾਰੀਫ ਕਰੋ ਹੱਥ ਖੜੇ ਹਾਲੇਲੂਇਆ ਜਦੋਂ ਘਰ ਕੁਰਬਾਨਗਾਹ ਬਣ ਜਾਏਗੀ ਦੁਆ ਕਰਕੇ ਜਾਓਗੇ ਆ ਕੇ ਦੁਆ ਕਰੋਗੇ ਜਾਂਦੇ ਦੁਆ ਕਰੋਗੇ ਇਹ ਧਿਆਨ ਨਾਲ ਸੁਣਿਓ ਜਦੋਂ ਜਿੰਨਾ ਚਿਰ ਮੈਂ ਜਦੋਂ ਜਾਣਾ ਹੋਵੇ ਤਾਂ ਪਹਿਲਾਂ ਇਹਨਾਂ ਕੋਲੋਂ ਦੁਆ ਕਰਵਾਈ ਦੀ ਕਿਉਂਕਿ ਇਹਨਾਂ ਦੀ ਡਿਊਟੀ ਹੁਣ ਕੁਰਬਾਨਗਾਹ 'ਤੇ ਹੈ ਸਮਝ ਗਏ ਬਹੁਤ ਇੱਕ ਦਿਨ ਕਿਸੇ ਨੇ ਮੈਨੂੰ ਕਿਹਾ ਕਿ ਤੁਸੀਂ ਤਾਂ ਹੈ ਨਹੀਂ ਫਿਰ ਸਾਡੀ ਬੀਬੀ ਜੀ ਉੱਥੇ ਹੀ ਨੇ ਨਾ ਮੈਂ ਕਿਹਾ ਉੱਥੇ ਹੀ ਨੇ ਉਹਨਾਂ ਨੇ ਦੁਆ ਕਰਵਾਈ ਬੱਚੇ ਦੀ ਧੜਕਣੀ ਹੈ ਨਹੀਂ ਸੀ ਧੜਕਣ ਅਤੇ ਮੈਂ ਕਿਹਾ ਤੁਸੀਂ ਜਾ ਕੇ ਨਾ ਅਤੇ ਬਸ ਦੁਆ ਕਰਾ ਲਿਓ ਕੁਛ ਵੀ ਨਹੀਂ ਦੱਸਣਾ ਕੰਮ ਸਾਰੇ ਸਹੀ ਹੋ ਜਾਣਗੇ ਅਤੇ ਅੱਜ ਉਹਨਾਂ ਨੇ ਇੰਨੀ ਖੁਸ਼ੀ ਕੀਤੀ ਵੀ ਜਿਹੜੇ ਕਹਿੰਦੇ ਸੀ ਡਾਕਟਰ ਵੀ ਧੜਕਣ ਹੈ ਨਹੀਂ ਤਾਂ ਬੇਟੀ ਪੈਦਾ ਹੋਈ ਅਤੇ ਬੜੀ ਖੂਬਸੂਰਤ ਪੈਦਾ ਹੋਈ
ਦੁਆ ਵਾਲੀ ਕੁਰਬਾਨਗਾ ਬਣਾ ਲਓ ਅੱਜ ਜਾ ਕੇ। ਨਿੱਕਾ ਜਿਹਾ ਕੱਪੜਾ ਇਸ ਤਰ੍ਹਾਂ ਰੱਖ ਲਓ, ਹੁਣ ਜਿਹੜੇ ਕਰਨਗੇ ਨਾ ਹੱਥ ਖੜਾ ਕਰਕੇ ਦੱਸ ਦਿਓ। ਹੱਥ ਲੈ ਕਰ, ਤੁਸੀਂ ਬਣਾਓਗੇ ਕਮੀਜ਼ ਥੱਲੇ ਕਰ, ਕਮੀਜ਼ ਹਾਂ ਤੁਸੀਂ ਬਣਾਓਗੇ, ਇਹਦੇ 'ਚ ਜਵਾਬ ਦੇ, ਘਰ ਕੁਰਬਾਨਗਾ ਬਣਾਓਗੇ ਅਤੇ ਇਸ ਤਰ੍ਹਾਂ ਦਾ ਕੱਪੜਾ ਵਿਛਾ ਕੇ ਦੁਆ ਕਰਨ ਵਾਲੀ ਜਗ੍ਹਾ ਬਣਾਓਗੇ। ਹੋਵੇਗਾ ਕਿ ਉੱਥੇ ਘਰ 'ਚ ਕੁਰਬਾਨਗਾ ਸੀ ਅਤੇ ਕੁਰਬਾਨਗਾ 'ਤੇ ਬੱਚਾ ਪਾ ਕੇ ਆਪ ਡਾਕਟਰ ਕੋਲ ਚਲੇ ਗਏ ਅਤੇ ਬੱਚੇ ਦੀ ਡੈਥ ਹੋ ਗਈ ਅਤੇ ਨਿੱਕੀ ਜਿਹੀ ਲੜਕੀ ਨੂੰ ਕਹਿੰਦੀ ਇਹਦਾ ਧਿਆਨ ਰੱਖੀ, ਅਤੇ ਉਹ ਬੱਚਾ ਜਦੋਂ ਮਰ ਗਿਆ ਅਤੇ ਉਸ ਕੁਰਬਾਨਗਾਹ 'ਤੇ ਬਹਿ ਕੇ ਅਤੇ ਲੜਕੀ ਨੇ ਦੁਆ ਕੀਤੀ, ਆਏ ਖੁਦਾਵੰਦ ਮੰਮੀ ਨੇ ਮੈਨੂੰ ਮਾਰਨਾ ਆ, ਵੀ ਬੱਚੇ ਦੀ ਡੈਥ ਕਿਉਂ ਹੋ ਗਈ, ਬੱਚਾ ਚੋਪੀ ਹੋ ਗਿਆ ਮਰ ਗਿਆ ਵਾ ਅਤੇ ਉਹਦੇ ਆਉਣ ਤੋਂ ਪਹਿਲਾਂ ਜ਼ਿੰਦਾ ਕਰ ਦੇ, ਮੈਨੂੰ ਮੰਮੀ ਨੇ ਝਿੜਕਣਾ ਆ। ਦੁਆ ਇਸ ਤਰ੍ਹਾਂ ਕਰਦੀ ਸੀ, ਇਸ ਤਰ੍ਹਾਂ ਇੰਨੇ ਵਿਸ਼ਵਾਸ ਨਾਲ ਅਤੇ ਬਗੈਰ ਸ਼ੱਕ ਤੋਂ, ਅਤੇ ਬੱਚਾ ਜ਼ਿੰਦਾ ਹੋ ਗਿਆ। ਤੇਰੇ ਇਮਾਨ ਨੇ ਹੁਣ ਬਣਾ ਲਈ, ਅੱਜ ਜਾ ਕੇ ਬਹਿ ਜਾਓ ਬਣਾ ਕੇ ਵੇਖੋ, ਨਾ ਕੰਮ ਹੋਊਗਾ ਤਾਂ ਢਾ ਦਿਓ, ਢਾਉਣਾ ਕੀ ਆ ਕੱਪੜੇ ਚੁੱਕਣਾ ਦੁਆ ਵਾਲਾ ਹੈਗਾ। ਚਲੋ ਜਿਤਨਾ ਨਹੀਂ ਹੋਏਗਾ ਤਾਂ ਉਤਰਾ ਹੀ ਹੋ ਜਾਏਗਾ, ਫਿਕਰ ਨਾ ਕਰੋ ਤੁਸੀਂ। ਹੁਣ ਇਹਨੂੰ ਧਿਆਨ ਨਾਲ ਸੁਣੋ, ਪਾਣੀ ਭਰਨ ਵਾਲਿਆਂ ਨੂੰ ਕਿਹਾ, ਬੋਲੋ ਕੀ ਮੈਂ ਕਹਿਣ ਡਿਆ, ਬੋਲੋ ਵੀ। ਉਹਨਾਂ ਨੇ ਵਿਸ਼ਵਾਸ ਕੀਤਾ, ਬੋਲੋ ਪਾਣੀ ਭਰਨ ਵਾਲਿਆਂ ਨੇ ਵੀ ਵਿਸ਼ਵਾਸ ਕੀਤਾ, ਪਾਣੀ ਭਰਨ ਵਾਲਿਆਂ ਨੇ ਵੀ ਵਿਸ਼ਵਾਸ ਕੀਤਾ ਵੀ ਜੋ ਯਸੂ ਨੇ ਕਿਹਾ ਉਹੋ ਹੀ ਕਰਨਾ ਹੈ, ਜੋ ਯਸੂ ਨੇ ਕਿਹਾ ਉਹੋ ਹੀ ਕਰਨਾ ਹੈ, ਜੋ ਯਸੂ ਨੇ ਕਿਹਾ ਉਹੀ ਕਰਨਾ ਹੈ। ਉਹਨਾਂ ਨੂੰ ਕਿਹਾ ਬਰਤਨ ਸਾਫ ਕਰੋ, ਪਹਿਲਾ ਰਸ ਹੋਰ ਸੀ ਤੇ ਇਸ ਰਸ ਵਾਸਤੇ ਬਰਤਨ ਸਾਫ ਕਰੋ। ਜਦੋਂ ਆਉਣਾ ਆ ਸੰਗਤ ਵਿੱਚ, ਜਦੋਂ ਇਹ ਆਉਣਾ ਹੈ, ਇੱਕ ਸਾਡੇ ਅਜ਼ੀਜ਼ ਸਨ ਮੇਰੇ ਬਹੁਤ ਅਜ਼ੀਜ਼, ਅਤੇ ਮੈਨੂੰ ਕਹਿੰਦੇ ਤੁਸੀਂ ਉਜ਼ੂ ਕਰ ਲੈਂਦੇ ਹੋ ਜਦੋਂ ਤੁਸੀਂ ਨਮਾਜ਼ ਦੁਆ ਕਰਦੇ ਹੋ, ਮੈਂ ਕਿਹਾ ਹਾਂਜੀ। ਕਹਿੰਦੇ ਨੇ ਕਿੰਨੇ ਹੁੰਦੇ ਨੇ, ਮੈਂ ਕਿਹਾ ਤੁਸੀਂ ਕਿੰਨੇ ਕਰਦੇ ਹੋ? ਕਹਿੰਦੇ ਨੇ ਅਸੀਂ ਤਾਂ ਕੰਨ ਵੀ ਸਾਫ ਕਰਦੇ ਹਾਂ, ਮੂੰਹ ਵੀ, ਇਸ ਤਰ੍ਹਾਂ ਕਰਕੇ ਉਹਨਾਂ ਨੂੰ ਸਭ ਦੱਸਿਆ। ਅਤੇ ਮੈਂ ਕਿਹਾ ਤੁਸੀਂ ਇੱਥੋਂ ਸ਼ੁਰੂ ਕਰਦੇ ਹੋ, ਥਾਂ ਤੋਂ, ਗੋਡਿਆਂ ਤੋਂ, ਤਾਂ ਪੈਰਾਂ ਤੋਂ? ਕਹਿੰਦੇ ਹਾਂਜੀ। ਮੈਂ ਕਿਹਾ ਸਾਡਾ ਹੋਰ ਤਰ੍ਹਾਂ ਹੁੰਦਾ। ਕਹਿੰਦੇ ਤੁਹਾਡਾ ਕਿਸ ਤਰ੍ਹਾਂ ਹੁੰਦਾ? ਮੈਂ ਕਿਹਾ ਪਹਿਲਾਂ ਮਨ ਸਾਫ ਕਰਨਾ ਪੈਂਦਾ,
ਅਤੇ ਮਨ ਕਿਤਨਾ ਸਾਫ਼ ਹੁੰਦਾ। ਮਨ ਸਾਫ਼ ਤਾਂ ਮਨ ਵਾਲਾ ਹੀ ਕਰ ਸਕਦਾ। ਕੌਣ ਬੋਲੋ? ਕਿਸੇ ਕੋਲ ਮਨ ਆਪਣਾ ਹੈਗਾ ਤਾਂ ਹੱਥ ਖੜਾ ਕਰੋ, ਹੈ ਨਹੀਂ? ਹੁਣ ਤੁਸੀਂ ਸਮਝ ਗਏ ਹੋ, ਉਹਨਾਂ ਨੇ ਸਫਾਈ ਕੀਤੀ ਪਹਿਲੇ ਮਟਕਿਆਂ ਦੀ। ਸਫਾਈ ਕਰਨ ਤੋਂ ਬਾਅਦ ਉਹਨਾਂ ਨੂੰ ਕਿਹਾ ਪਾਣੀ ਭਰ ਦਿਓ। ਉਹਨਾਂ ਨੇ ਪਾਣੀ ਭਰ ਦਿੱਤਾ, ਲਬਾ ਲਬ ਪਾਣੀ ਭਰ ਦਿੱਤਾ। ਦੋ ਦੋ ਤਿੰਨ ਤਿੰਨ ਮਨ ਦੀ ਗੁੰਜਾਇਸ਼ ਸੀ। ਮੰਨ ਲਓ ਇੱਕ ਇੱਕ ਕੁਇੰਟਲ ਪਾਣੀ ਪੈਂਦਾ ਸੀ। ਹੁਣ ਉਹਨਾਂ ਨੇ ਪਾਣੀ ਭਰ ਦਿੱਤਾ ਅਤੇ ਫਿਰ ਦੂਸਰਾ ਹੁਕਮ, ਇਹਨੂੰ ਕੱਢ ਕੇ ਲੈ ਜਾਓ ਅਤੇ ਖੜ੍ਹੇ ਹੋ ਉਸੇ ਪ੍ਰਧਾਨ ਕੋਲ ਜਿਹੜਾ ਖਾਣੇ ਦਾ ਇੰਚਾਰਜ ਆ। ਬੋਲੋ, ਜਿੰਨੀਆਂ ਵੀ ਜੰਜਾਂ ਚੜ੍ਹਦੀਆਂ ਨੇ ਅੱਜ ਨਹੀਂ ਤੇ ਕੱਲ੍ਹ ਇਹਨਾਂ ਨੇ ਹੱਟ ਜਾਣਾ। ਕਿਉਂ? ਜਦੋਂ ਵੀ ਸ਼ਾਦੀ ਹੁੰਦੀ ਸੀ ਲੜਕੇ ਵਾਲਿਆਂ ਦੇ ਘਰ ਹੁੰਦੀ ਸੀ, ਰਾਜੂ ਖੜਾ ਰਾਜਾ ਸੂਰਜ ਤੇਰੀ ਜੰਜ ਨਹੀਂ ਚੜ੍ਹਨੀ, ਜਿਸ ਕੁੜੀ ਨਾਲ ਤੇਰੀ ਸ਼ਾਦੀ ਹੋਣੀ ਉਹ ਉੱਥੇ ਆਏਗੀ, ਠੀਕ ਆ? ਕਬੂਲ? ਲਫ਼ਜ਼ ਬੋਲ ਕੇ ਕਬੂਲ? ਚਲੋ ਬਹਿ ਜਾਓ। ਚਾਂਦ ਤੇਰੀ ਵੀ ਬੋਲੋ। ਹਰ ਸੰਤ ਜਿਹੜਾ ਹੋਸਨਾ 'ਚ ਸੰਗਤ ਕਰੇਗਾ, ਹੋਸਨਾ ਦੀ ਸੇਵਾ ਕਰੇਗਾ, ਸੰਤ ਕਿਸੇ ਵੀ ਸੰਤ ਦੇ ਬੱਚੇ ਦੀ ਜੰਜ ਨਹੀਂ ਚੜ੍ਹੇਗੀ। ਜੰਜ ਚੜ੍ਹਨਾ, ਧੀ ਵਾਲਿਆਂ ਨੂੰ ਮਜਬੂਰ ਕਰਨਾ, ਇਹ ਬਹੁਤ ਬੜਾ ਗੁਨਾਹ ਬਾਈਬਲ ਦੇ ਮੁਤਾਬਕ। ਇਹ ਕਦੀ ਵੀ ਕਿਸੇ ਸੰਤ ਦੇ ਹੱਥੋਂ ਨਹੀਂ ਹੋਵੇਗਾ। ਸੰਤ ਨਮੂਨਾ ਬਣਨਗੇ ਫਿਰ ਤੁਹਾਡੇ ਵਾਸਤੇ, ਫਿਰ ਤੁਸੀਂ ਵੀ ਇੰਨੀ ਇਸ ਗੁਲਾਮੀ ਤੋਂ ਆਜ਼ਾਦ ਹੋ ਜਾਓ। ਹੁਣ ਪਾਣੀ ਲੈ ਕੇ ਗਏ ਉਹਦੇ ਕੋਲ ਅਤੇ ਵਿਸ਼ਵਾਸ ਨਾਲ, ਬੋਲੋ ਉੱਚੀ ਬੋਲੋ ਜ਼ੋਰ ਸੇ ਬੋਲੋਗੀ, ਕਿਉਂਕਿ ਯਿਸੂ ਮਸੀਹ ਦੇ ਵਚਨ ਜਿਹੜੇ ਇਮਾਨ ਨੇ ਪਾਣੀ ਵਿੱਚ, ਉਹਨੇ ਰਸ ਬਣਨਾ। ਯਿਸੂ ਦੇ ਵਚਨ ਇਮਾਨ ਬਣ ਜਾਣਗੇ, ਉਹ ਫਿਰ ਰਸ ਬਣਾ ਦੇਣਗੇ। ਤੇਰੇ ਵਿੱਚ ਵਚਨਾਂ ਦੇ ਦੁਆਰਾ ਇਮਾਨ ਆਉਣਾ ਹੈ, ਅਤੇ ਜੋ ਜੋ ਕਹੀ ਜਾਏਗਾ ਸੋਈਓ ਹੋ ਜਾਂਦਾ, ਹੋ ਜਾਣਾ, ਸੋਈਓ ਹੋਣਾ, ਜ਼ਰੂਰ ਹੋਣਾ। ਫਿਰ ਬਾਈਬਲ 'ਚ ਲਿਖਿਆ ਉਹਨਾਂ ਚੱਖਿਆ ਨਹੀਂ ਰਾਜ, ਬੋਲੋ ਉਹਨਾਂ ਚੱਖਣਾ ਚਾਹੀਦਾ ਸੀ ਨਾ, ਕਿਉਂ? ਤੁਹਾਡੇ ਘਰ ਪ੍ਰਾਹੁਣੇ ਆਉਣਗੇ ਅਤੇ ਤੁਸੀਂ ਸ਼ਰਬਤ ਸਮਝ ਕੇ ਪਾਣੀ ਦਾ ਗਲਾਸ ਫੜਾਓਗੇ ਉਹਨਾਂ ਨੂੰ? ਨਹੀਂ, ਕੋਈ ਨਹੀਂ ਐਸਾ ਕਰੇਗਾ।
ਪਰ ਉਹਨਾਂ ਨੇ ਚੱਖਿਆ ਨਹੀਂ। ਪੁੱਛੋ ਚੱਖਿਆ ਕਿਉਂ ਨਹੀਂ? ਸ਼ੱਕ ਹੀ ਨਹੀਂ ਕੀਤਾ, ਸ਼ੱਕ ਹੀ ਨਹੀਂ ਕੀਤਾ, ਸ਼ੱਕ ਨਹੀਂ ਕੀਤਾ। ਬੋਲੋ ਸ਼ੱਕ। ਸ਼ੱਕ ਕੀ ਕਰਮ ਕਰਦਾ ਹੈ? ਨਿਰਦੋਸ਼ ਨੂੰ ਅੱਗ ਵਿੱਚੋਂ ਦੀ ਲੰਘਣਾ ਪੈਂਦਾ ਆ, ਅਤੇ ਨੰਘਾਉਣਾ ਕਹਿੰਦੇ ਆ ਜਿੰਨੇ ਸ਼ੱਕ ਕਰਨ। ਪਾਣੀ ਪਾਉਣ ਵਾਲਿਆਂ ਨੇ ਸ਼ੱਕ ਨਹੀਂ ਕੀਤਾ, ਜੇ ਸ਼ੱਕ ਕਰਦੇ ਅੱਜ ਤੱਕ ਉਹ ਪਾਣੀ ਰਹਿੰਦਾ, ਰਸ ਕਦੀ ਨਾ ਬਣਦਾ। ਸ਼ੱਕ ਰੱਬ ਦੇ, ਖੁਦਾ ਦੇ ਬੇਟੇ ਯਸੂ ਦੇ, ਕਦੀ ਸ਼ੱਕ ਨਾ ਕਰੋ। ਸ਼ੱਕ ਕਰਨ ਵਾਲਾ ਕੋਈ ਚੀਜ਼ ਪ੍ਰਾਪਤ ਹਾਸਲ ਨਹੀਂ ਕਰ ਸਕੇਗਾ, ਕੁਛ ਨਹੀਂ ਮਿਲੇਗਾ। ਹੋ ਜਾ ਅਦਈਆਂ ਨੇ ਮੈਂ ਦੱਸ ਹੈਂ, ਤੇ ਮੈਂ ਕੰਨ ਲਾ ਕੇ ਮੂੰਹ ਐਵੇਂ ਕੀਤਾ ਤਾਹੀ ਸੱਚ ਦੱਸਿਓ। ਹੁਣ ਇਹਦੀ ਨਾਨੀ ਇਹਦੀ ਮੰਮੀ ਦੱਸਣਗੇ ਵੀ ਤੁਹਾਨੂੰ ਸੁਣ ਕੇ ਸ਼ੱਕ ਪਏਗਾ ਕਿ ਨਹੀਂ, ਵੀ ਸਾਨੂੰ ਦੱਸਦਾ ਹੀ ਨਹੀਂ। ਚੱਲ ਜਾਓ ਬੋਲੋ। ਕਿਸੇ ਘਰ ਵਿੱਚ ਫੁੱਟ ਨਹੀਂ ਸੀ ਪੈਂਦੀ, ਉੱਚੀ ਬੋਲੋ, ਕਿਸੇ ਘਰ ਵਿੱਚ ਫੁੱਟ ਨਹੀਂ ਸੀ ਪੈਂਦੀ ਫਫੇ ਕੁੱਟਣੀ ਦੀ ਮਿਹਰਬਾਨੀ ਨਾਲ ਘਰ ਹੀ ਟੁੱਟ ਗਿਆ। ਉਹਨੇ ਕਿਹਾ ਵੀ ਜਿਹੜਾ ਕੰਨ ਲਾ ਕੇ ਮੂੰਹ ਤੁਸੀਂ ਕਰਕੇ ਗੱਲਾਂ ਕੀਤੀਆਂ ਸੀ ਉਹ ਕੌਣ ਸੀ? ਉਹਨੇ ਕਿਹਾ ਮੈਂ ਗੱਲ ਹੀ ਨਹੀਂ ਕੀਤੀ। ਕਹਿੰਦੀ ਆ ਜੇ ਤੂੰ ਗੱਲ ਨਹੀਂ ਕੀਤੀ ਤਾਂ ਐਵੇਂ ਹੱਥ ਮਾਰ ਦਿੱਤਾ ਸੀ ਇਸ ਤਰ੍ਹਾਂ? ਕਹਿੰਦਾ ਮੈਂ ਤਾਂ ਇਸ ਲਈ ਹੱਥ ਤਾਂ ਨੂੰ ਮਾਰਿਆ ਵੀ ਚੰਗਾ ਤੂੰ ਨਾਲ ਗੱਲ ਵੀ ਨਹੀਂ ਕੀਤੀ ਅਤੇ ਐਵੇਂ ਕੰਨ ਲਾ ਕੇ ਮੂੰਹ ਕਰ ਦਿੱਤਾ। ਬੋਲੋ ਕਹਿ ਹੈ ਨਹੀਂ ਸ਼ੱਕ ਪਿਆ। ਨਹੀਂ ਨਾ ਪਿਆ ਕਿ ਪੈ ਗਿਆ? ਹੈਂ, ਉਦੋਂ ਹੀ ਪੈ ਗਿਆ ਸੀ ਜਿਹਨੇ ਮੈਂ ਜੇ ਲਾਗੇ ਮੂੰਹ ਹੀ ਕੀਤਾ। ਬੋਲੋ ਅਸਲੀ ਜ਼ਿੰਦਗੀ ਦਾ ਸਵਾਦ ਉਹਨਾਂ ਚਿਰ ਹੀ ਆਏਗਾ ਜਿੰਨਾ ਚਿਰ ਜ਼ਿੰਦਗੀ 'ਚ
ਸ਼ੱਕ ਨਾ ਆਇਆ। ਜਦੋਂ ਸ਼ੱਕ ਆ ਗਿਆ ਉਦੋਂ ਕੁਝ ਨਾ ਕੁਝ ਹੋ ਗਿਆ। ਸਮਝ ਗਏ? ਸਮਝ ਗਏ ਕਿ ਨਹੀਂ? ਹਾਂ, ਸ਼ੱਕ ਨਹੀਂ ਕਰਨਾ। ਬੋਲੋ, ਜਿੱਥੇ ਵਿਸ਼ਵਾਸ ਚਾਹੀਦਾ, ਜਿੱਥੇ ਵਿਸ਼ਵਾਸ ਹੋਏਗਾ, ਸ਼ੱਕ ਨਾ ਹੋਇਆ, ਸਮੁੰਦਰ ਵੀ ਦੋ ਟੁਕੜੇ ਹੋ ਜਾਏਗਾ। ਜੇ ਸ਼ੱਕ ਆ ਗਿਆ ਤਾਂ ਰੱਸੀ ਦਾ ਵੀ ਸੱਪ ਬਣ ਜਾਏਗਾ। ਚਲੋ, ਆਏ ਖੁਦਾ ਸਾਨੂੰ ਇਮਾਨ ਦੀ ਜ਼ਿੰਦਗੀ ਦੇ, ਇਮਾਨ ਦੀ ਜ਼ਿੰਦਗੀ ਦੇ। ਹੁਣ ਤੁਸੀਂ ਦੇਖਣਾ ਕਿ ਇਮਾਨ ਕਿਹੜਾ ਕਿਹੜਾ ਕੰਮ ਤੇਰੇ ਲਈ ਕਰੇਗਾ। ਨੰਬਰ ਇੱਕ, ਤੇਰੇ ਲਈ ਇਮਾਨ ਤੂੰ ਯਿਸੂ ਮਸੀਹ ਉੱਤੇ ਲਿਆਉਣਾ ਆ, ਅਤੇ ਜਿਹੜੀ ਪੁਰਾਣੀ ਤੇਰੀ ਲਾਇਕ, ਪੁਰਾਣੀ ਜ਼ਿੰਦਗੀ, ਪੁਰਾਣੀ ਜੋ ਜੋ ਚੀਜ਼ ਹੋਵੇਗੀ ਉਹ ਖਤਮ ਹੋ ਜਾਏਗੀ। ਇਹ ਹੁਣ ਜਲਦੀ ਜਲਦੀ ਬੋਲਿਓ, ਬੇੜਾ ਤੂੰ ਇੱਧਰਾ ਮੈਗਦੀ। ਚਲੋ, ਪੜ੍ਹਨ ਨੂੰ ਕਰ ਲੈ ਨਾਂ ਦਾ ਸਾਰਿਆਂ ਨੂੰ ਕੀ ਹੈ? ਨਾਮ ਕੀ? ਪ੍ਰਿਆ। ਬਹੁਤ ਵਧੀਆ ਨਾਮ। ਇਹ ਲੜਕੀ ਜਦੋਂ ਇਸ ਤਰ੍ਹਾਂ ਦਾ ਲਿਬਾਸ ਪਾ ਕੇ ਬੱਸ ਵਿੱਚ ਸਫ਼ਰ ਕਰੇਗੀ ਤਾਂ ਕੰਡਕਟਰ ਡਰਾਈਵਰ ਇਹਨੂੰ ਕਹਿਣਗੇ ਵੀ ਬੀਬੀ ਜਿੱਥੇ ਚੱਲੀ ਆ ਬੇਟਾ, ਸਾਡੇ ਵਾਸਤੇ ਵੀ ਦੁਆ ਕਰਾ, ਸਾਡੇ ਵਾਸਤੇ ਵੀ ਦੁਆ ਕਰਵਾਵੀਂ, ਸਾਡੀ ਬੱਸ ਦਾ ਐਕਸੀਡੈਂਟ ਨਾ ਹੋਇਆ ਕਰੇ, ਸਾਡੀ ਬੱਸ ਠੀਕ ਠੀਕ ਚੱਲਿਆ ਕਰੇ, ਸਾਡੇ ਲਈ ਵੀ ਉੱਥੋਂ ਦੁਆ ਕਰਵਾਇਆ ਕਰੇ। ਜਿੰਨੇ ਵੀ ਇੱਥੇ ਬੱਸ ਲੰਘਦੀਆਂ ਨੇ ਸਾਰੀਆਂ ਤੁਹਾਡੇ ਵੱਲ ਦੇਖ ਕੇ ਜਾਂਦੀਆਂ ਨੇ ਵੀ ਇੱਕ ਸੰਗਤ ਵੇਖੀ ਆ ਜਿੱਥੇ ਖੁੱਲ੍ਹਿਆਂ ਵਾਲਾਂ ਵਾਲੀ ਕੁੜੀਆਂ ਨਹੀਂ ਬਹਿੰਦੀਆਂ, ਅੱਧੇ ਵਾਲ ਇੱਧਰ ਨੂੰ, ਅੱਧੇ ਵਾਲ ਇੱਧਰ ਨੂੰ, ਬਾਕੀ ਜੇ ਬਚ ਗਏ ਅਤੇ ਬਾਕੀ ਪਛਾਣ ਨੂੰ। ਕੁੜਤੀ ਸਬੂਤੀ ਨਹੀਂ ਪਾਉਣੀ, ਓਨੀ ਕੁ ਪਾਉਣੀ ਆ ਜਿਹਦੇ ਨਾਲ ਮੋਹਰਾਂ ਅਤੇ ਪੇਟ ਦਿਖਾਈ ਦੇਵੇ। ਜਿਹੜੀਆਂ ਇੱਦਾਂ ਦੀਆਂ ਬੀਬੀਆਂ ਸ਼ੌਕੀਨ ਨੇ ਉਹ ਆਪਣੀਆਂ ਧੀਆਂ ਨੂੰ ਆਪ ਪੈਸੇ ਦੇ ਦੇ ਕੇ ਇਹੋ ਜਿਹੇ ਫੈਸ਼ਨ ਕਰਵਾਉਂਦੀਆਂ ਨੇ। ਹੁਣ ਦੱਸੋ, ਉਹ ਇਹੋ ਜਿਹੀ ਲੜਕੀ ਨੂੰ ਕੋਈ ਵੇਖੇਗਾ ਤੇ ਧਰਮੀ ਮੰਨੇਗਾ ਕਿ ਨਹੀਂ? ਸਾਰੇ ਦਿਨ ਬੋਲੋ, ਮੇਰੀ ਧੀ ਨੂੰ, ਤੁਹਾਡੀ ਬੇਟੀ ਨੂੰ ਕੋਈ ਧਰਮੀ ਕਵੇ ਤੇ ਸ਼ਰਮ ਵਾਲੀ ਗੱਲ ਆ ਕਿ ਜਾਂ ਇੱਜ਼ਤ ਦੀ ਗੱਲ ਆ? ਇੱਜ਼ਤ ਕਰਵਾਉਣੀ ਸਿੱਖੋ। ਅਨੇਕਾਂ ਨੂੰ ਪੁੱਛਿਆ, ਇੱਕ ਦਿਨ ਮੋਗੇ ਦੇ ਵਿੱਚ ਦੋ ਬੀਬੀਆਂ ਬੱਸੋਂ ਉਤਰੀਆਂ ਅਤੇ ਉਹਨਾਂ ਨੂੰ ਵੀ ਹੱਥ ਜੋੜ ਕੇ ਸਿਆਣਿਆਂ ਨੇ ਸਰਦਾਰ ਜੀ ਸੀਗੇ ਅਤੇ ਉਹਨੇ ਕਿਹਾ, ਧੰਨ ਤੁਸੀਂ ਹੋ
ਤੇ ਧੰਨ ਸੰਗਤ ਤੇ ਧੰਨ ਹੀ ਤੁਹਾਡੇ ਸੰਤ ਜਿਨ੍ਹਾਂ ਨੇ ਇਹੋ ਜਿਹਾ ਫੈਸ਼ਨ ਕਰਵਾ ਕੇ ਤੇ ਧੀਆਂ ਦੀ ਇੱਜ਼ਤ ਬਣਾਈ। ਜੇ ਸਕੀਆਂ ਨੇ ਤੇ ਫਿਰ ਆਪਣੀਆਂ ਧੀਆਂ ਨੂੰ ਇੱਦਾਂ ਦੀਆਂ ਬਣਾਓ ਲੋਕ ਤੁਹਾਡੀ ਬੇਟੀ ਨੂੰ ਦੇਖਣ ਤੇਰੀ ਕੁੱਖ ਦੀ ਤਾਰੀਫ ਕਰਨ। ਬੋਲੋ, ਇੱਕ ਹੀ ਧਰਮੀ ਲੜਕੀ 127 ਦੇਸ਼ਾਂ ਵਿੱਚ 127 ਦੇਸ਼ਾਂ ਵਿੱਚ 127 ਦੇਸ਼ਾਂ ਵਿੱਚ ਇੱਕੋ ਹੀ ਲੜਕੀ ਧਰਮੀ ਨੇ 127 ਦੇਸ਼ਾਂ ਦੇ ਕਿੰਨੇ ਲੋਕ ਹੋਣਗੇ ਉਹਨੇ ਮੌਤ ਵਿੱਚੋਂ ਕੱਢ ਕੇ ਅਤੇ ਜ਼ਿੰਦਗੀ 'ਚ ਦਾਖਲ ਕਰ ਦਿੱਤੇ। ਬੈਠ ਜਾਓ ਬੇਟਾ। ਛੇਤੀ ਛੇਤੀ ਬੋਲੋ, ਕਿੰਨੀਆਂ ਭੈਣਾਂ ਨੇ ਜਿਹੜੀਆਂ ਅੱਜ ਤੋਂ ਆਪਣੀਆਂ ਧੀਆਂ ਨੂੰ ਗੰਦੇ ਫੈਸ਼ਨਾਂ ਵਾਲੇ ਕੱਪੜੇ ਨਹੀਂ ਪਵਾਉਣਗੀਆਂ, ਹੱਥ ਖੜਾ ਕਰੋ। ਹੁਣ ਇਹਨਾਂ ਜਿਹੜੀਆਂ ਨਹੀਂ ਕਰਦੀਆਂ ਇਹਨਾਂ ਨੂੰ ਪੁੱਛੋ ਵੀ ਤੁਸੀਂ ਕਿਉਂ ਜ਼ਿੰਦਗੀਆਂ ਖਰਾਬ ਕਰਨ ਲੱਗੀ। ਸਾਰੇ ਭਾਈ ਵੀ ਅਤੇ ਬੇਟੀਆਂ ਵੀ ਸਾਰੇ ਹੱਥ ਉਠਾ ਕੇ ਤਾਰੀਫ ਕਰੋ। ਅੱਜ ਤੋਂ ਬੋਲੋ ਐਸਾ ਫੈਸ਼ਨ ਹੋਵੇਗਾ, ਇੱਜ਼ਤ ਵਾਲਾ ਹੋਵੇਗਾ, ਖੁਦਾ ਦੇ ਨਾਂ ਨੂੰ ਜਲਾਲ ਮਿਲੇਗਾ। ਉਹ ਦੇਖ ਲੈਂਦੇ ਕਹਿ ਜਾ ਵੀ ਡਿਆ ਕਰ, ਸ਼ਾਬਾਸ਼, ਚਲ ਹੱਥ ਖੜੇ ਕਰਕੇ ਦੁਆ ਕਰਦੇ, ਤਾਰੀਫ ਕਰਦੇ। ਦੇਖੋ ਲੰਘਦਾ ਕਿੱਥੋਂ ਦੀ। ਸਾਰੇ ਖੜੇ ਹੋ ਜਾਓ ਹੁਣ, ਅੱਜ ਜਲਦੀ ਜਲਦੀ ਇਹ ਰਸ ਬਣ ਜਾਏਗਾ, ਰਸ ਪਾਣੀ ਫੋਕਾ ਹੋਵੇਗਾ, ਰਸ ਬਣ ਜਾਏਗਾ, ਘੜੇ ਖਾਲੀ ਹੋਣਗੇ। ਇੱਕ ਕੁੱਪੀ ਤੇਲ ਦੀ ਵੀ ਕਾਫੀ ਆ, ਜਿਸ ਘਰ ਵਿੱਚ ਦੁਆ ਦੀ ਕੁਰਬਾਨਗਾ ਹੋਵੇਗੀ ਉਸ ਘਰ ਵਿੱਚ ਕਦੀ ਘਾਟਾ ਨਹੀਂ ਹੋਵੇਗਾ, ਉਸ ਘਰ ਵਿੱਚ ਕਮੀ ਨਹੀਂ ਹੋਵੇਗੀ। ਆਪਣੀਆਂ ਧੀਆਂ ਵਾਸਤੇ ਖੁਦਾ ਦੇ ਹਜ਼ੂਰ ਦੁਆ ਕਰੋ ਹੱਥ ਉਠਾ ਕੇ। ਹਾਲੇਲੂਇਆ। ਆਪਣੇ ਬੇਟਿਆਂ ਵਾਸਤੇ ਵੀ ਤਾਰੀਫ ਕਰੋ, ਨਸ਼ਿਆਂ ਤੋਂ, ਬਦਮਸਤੀਆਂ ਤੋਂ ਬਚ ਜਾਣ ਤਾਂ ਜੋ ਤੁਹਾਡੀਆਂ ਸੁਲਬਾਂ ਤੇ ਕੁੱਖਾਂ ਮੁਬਾਰਕ ਹੋ ਜਾਣ। ਹੱਥ ਉਠਾ ਕੇ ਤਾਰੀਫ ਕਰੋ। ਹਾਲੇਲੂਇਆ। ਅੱਜ ਜੋ ਜੋ ਸੁਣਿਆ ਤੁਹਾਡੇ ਕੋਲ ਹੋ ਸਕੇਗਾ
ਕਿਉਂਕਿ ਕਰਾਉਣ ਵਾਲਾ ਤੇਰਾ ਬਾਪ ਆ, ਖੁਦਾ ਆ, ਸਭ ਕੁਛ ਤੇਰੇ ਕੋਲੋਂ ਹੋਵੇਗਾ, ਤੇਰੇ ਕੋਲੋਂ ਹੋਵੇਗਾ, ਜ਼ਰੂਰ ਹੋਵੇਗਾ। ਰੂਹ ਦੇ I'll give you a
ਪੂਰੇ ਇਮਾਨ ਨਾਲ ਕਹਿ ਦੋ, ਹਰ ਬਿਮਾਰੀ ਨੂੰ, ਹਰ ਦਰਦ ਨੂੰ, ਹਰ ਬਦਰੂ ਨੂੰ, ਹਰ ਇੱਕ ਰੋਗ ਨੂੰ, ਭਾਵੇਂ ਕੈਂਸਰ, ਭਾਵੇਂ ਸੌਲੀ, ਭਾਵੇਂ ਸ਼ੂਗਰ, ਕੋਈ ਵੀ ਰੋਗ ਕਿਉਂ ਨਾ ਹੋਵੇ, ਕਹਿ ਦੋ ਹੋਵੇਗਾ, ਕਹਿ ਦੋ ਆਏ ਖੁਦਾਵੰ ਸਾਰੀਆਂ ਬਿਮਾਰੀਆਂ ਨੂੰ ਦੂਰ ਕਰ ਦੇ, ਯਿਸੂ ਨਾਸਰੀ ਦੇ ਨਾਮ ਚ ਆਮੀਨ। ਸਾਰੇ ਹੱਥ ਉੱਪਰ ਕਰਕੇ ਤਾਲੀ ਵਾਲੀ ਹੈਲੇਲੂਯਾ, ਜਿਨ੍ਹਾਂ ਜਿਨ੍ਹਾਂ ਨੂੰ ਅੱਜ ਬਰਕਤ ਮਿਲੀ, ਕਲਾਮ 'ਤੇ ਅਮਲ ਕਰਨ ਦੀ ਤਾਕਤ ਮਿਲੀ, ਅੱਜ ਜਿਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਦੇਖਿਆ ਕਿ ਖੁਦਾ ਨੇ ਤੁਹਾਨੂੰ ਆਜ਼ਾਦ ਕਰ ਦਿੱਤਾ, ਖੁਦਾ ਨੇ ਤੁਹਾਨੂੰ ਦੁਆ ਕਰਨ ਦਾ ਰੂਹ ਦੇ ਦਿੱਤਾ, ਉਹ ਹੱਥ ਉਠਾਓ, ਉਹਨਾਂ ਦੀ ਤਾਰੀਫ ਕਰਾਂਗੇ। ਹਾਲੇਲੂਇਆ, ਹਾਲੇਲੂਇਆ। 15 ਸਪਤੰਬਰ ਦੇ ਲਈ ਇੱਕ ਦਿਨ ਦੀ ਕਨਵੈਨਸ਼ਨ ਵਾਸਤੇ ਤਾਰੀਫ ਕਰਾਂਗੇ, ਦੂਰੋਂ ਦੂਰੋਂ ਲੋਕਾਂ ਨੇ ਆਉਣਾ, ਸਭਨਾਂ ਦੀ ਤਾਰੀਫ ਕਰੇ। ਹਾਲੇਲੂਇਆ। ਖੁਦਾਵੰਦ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦੀ ਮੁਹੱਬਤ, ਰੂਹ ਕੁਦਸ ਦੀ ਰਫਾਕਤ ਤੇ ਸ਼ਰਾਕਤ ਹੁਣ ਤੋਂ ਲੈ ਕੇ ਹਮੇਸ਼ਾ ਹਮੇਸ਼ਾ ਤੱਕ ਤਮਾਮ ਇਮਾਨਦਾਰਾਂ ਮੁਕੱਦਸਾਂ ਦੇ ਨਾਲ ਹੁੰਦੀ ਰਹੇ। ਆਮੀਨ।